ਨੂਹਾਂ ਨੂੰ ਧੀਆਂ ਵਾਂਗੂ ਪਿਆਰ ਕਰਦੇ ਨੇ ਉਹ ਸੱਸਾਂ ਤਾੜੀਆਂ ਮਾਰੋ, ਝੂਠੀ ਤਾੜੀ ਨੀ ਬੇਬੇ ਮਾਰਨੀ, ਕਹਿੰਦੇ ਨਾ 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 ਨਾ, ਉੱਥੀ ਤਾੜੀ ਬੰਦ ਹੋ ਗਈ। ਨਾਲੇ ਤਾਂ ਬੇਬੇ ਪਿੱਛੇ ਦੇਖਦੀ ਆ, ਮੇਰੇ ਨੂੰਹ ਦੇਖਦੀ ਆ, ਮੈਂ ਤਾੜੀ ਮਾਰ ਦਿੰਦੀ ਆ। ਬੇਬੇ ਨੂੰਹ ਤੋਂ ਡਰਦੀ ਨੇ, ਤਾੜੀ ਮਾਰੀ ਆ। ਚਲੋ ਡਰਨਾ ਵੀ ਜ਼ਰੂਰੀ ਹੈ ਜੀ, ਮੇਰੇ ਲਈ ਬੇਬੇ ਵੀ ਡਰਦੀ ਆ। ਸੋ ਚਲੋ ਜੀ, ਜਿਹੜੀਆਂ ਨੂੰਹਾਂ ਆਪਣੀਆਂ ਸੱਸਾਂ ਨੂੰ ਧੀਆਂ ਵਾਂਗੂ ਪਿਆਰ ਕਰਦੇ ਨੇ ਉਹ ਨੂੰਹਾਂ ਤਾੜੀਆਂ ਮਾਰੋ, ਭਣੇ ਝੂਠੀ ਤਾੜੀ ਕੋਈ ਨਾ ਮਾਰਿਓ, ਸਾਉ ਲੱਗੇ ਆ ਹੁਣ ਨੀ ਤਾੜੀ ਵੱਜਦੀ ਬਈ। ਆਹ ਹਾਲ ਹੋ ਗਿਆ ਜੀ ਸਾਡੇ ਸਮਾਜ ਦੇ ਵਿੱਚ। ਸੋ ਪੀਰਾਂ ਦੇ ਦਰ ਤੇ ਬੈਠੇ ਅੱਜ ਆਪਾਂ ਨੇ ਝੋਲੀਆਂ ਭਰ ਕੇ ਜਾਣੀਆਂ ਨੇ। ਇੱਕ ਇਹ ਝੋਲੀ ਭਰਨੀ ਅੱਜ ਕਿ ਆਪਾਂ ਆਪਣੇ ਘਰ ਦੇ ਵਿੱਚ ਆਂਢ ਗੁਆਂਢ ਦੇ ਵਿੱਚ ਆਪਾਂ ਨੇ ਪੂਰਾ ਪਿਆਰ ਹੀ ਫੈਲਾਉਣਾ ਹੈ। ਅਗਲੀ ਵਾਰ ਜੀ ਆਪਾਂ ਮਿਲੇ ਤਾਂ ਜ਼ੋਰਦਾਰ ਤਾੜੀ ਮਾਰਨੀ ਆ, ਆ ਵੀਰੇ 10 ਰੁਪਏ ਫੜਾ ਦੇ ਮੈਨੂੰ, ਰੌਲਾ ਸਾਰੇ ਪਾਸੇ ਗਾਂਧੀ ਦੀਆਂ ਫੋਟੋਆਂ ਦਾ ਹੀ ਆ। ਆ ਮੋਦੀ ਨੇ ਨੋਟ ਦਾ ਬਦਲਦਾ ਪਰ ਸਿਰ ਤੇ ਟੋਪੀ ਦੁਆਰੇ ਇਹਦੇ ਨਹੀਂ ਦਿੱਤੀ, ਨੰਗੇ ਸਿਰ ਹੀ ਫੇਰ ਚਲਾਤਾ। ਉਹ ਭਾਈ ਗੁਰੂ ਘਰਾਂ ਚ ਨਹੀਂ ਨੰਗੇ ਸਿਰ ਜਾਈਂਦਾ, ਚਲੋ ਇੱਥੇ ਤਾਂ ਉੱਥੇ ਵੀ ਚੱਲਦਾ। ਸੋ ਜਿਉਂਦੇ ਵਾਸਤੇ ਰਹੋ ਜੀ ਬੱਚੇ, ਰੌਲਾ ਨਹੀਂ ਪਾਉਣਾ ਬਿੱਲੇ। ਸੋ ਸਾਡੇ ਮੇਰੇ ਵੀਰ ਬੈਠੇ ਨੇ, ਮੇਰੇ ਭਰਾ ਬੈਠੇ ਨੇ, ਕੁਝ ਕੁ ਮੇਰੇ ਵਰਗੇ ਨੇ, ਯਾਨੀ ਕਿ ਜਿਹੜੇ ਵਿਆਹੇ ਹੋਏ ਨੇ। ਜਿਉਂਦੇ ਵਾਸਤੇ ਰਹੋ ਜੀ, ਜੋੜੀਆਂ ਬਣੀਆਂ ਰਹਿਣ। ਇਹਦੀ ਬਣੀ ਨੀ ਜੋੜੀ ਹਜੇ, ਉਹ ਹਵਾ ਜਵਾਰੇ ਦੀ, ਐਸ਼ ਕੁਵਾਰੇ ਦੀ, ਬੱਚਿਆ ਹੋਇਆ ਵਧੀਆ। ਚਲੋ ਜੀ, ਜਿਹੜੇ ਬੰਦੇ ਆਪਦੇ ਘਰ ਆਈਏ ਤੋਂ ਬਿਲਕੁਲ ਨੀ ਡਰਦੇ, ਖੜੇ ਹੋ ਕੇ ਤਾੜੀ ਮਾਰ ਦੋ, ਵਾਹ ਕੀ ਬਾਤ ਹੈ ਜੀ। ਕੋਈ ਵੀ ਬੰਦਾ ਨੀ ਖੜਾ ਹੋਇਆ ਜੀ, ਤੁਸੀਂ ਤਾੜੀ ਮਾਰੋ ਜੀ। ਆ ਦੇਖੋ ਜੀ ਕਿਹਦੇ ਵਾਲਾ ਤਾੜੀ ਮਾਰਦਾ, ਐ ਐ ਦੇਖ ਕੀ ਬਾਤ ਹੈ ਜੀ। ਵੈਸੇ ਮੇਰਾ ਕੁਛ ਨੀ ਜਾਣਾ, ਮੈਂ ਤਾਂ ਆਪਦਾ ਸੰਗਰੂਰ ਜਾ ਵੜੂੰਗਾ, ਕਿਤੇ ਤੇਰਾ ਤਾੜੀ ਦਾ ਹਿਸਾਬ ਨਾ ਲੰਬਾ ਹੋ ਜੇ। ਆਈਏ ਸਰ, ਆਈਏ। ਹੈਲੋ ਹੈਲੋ, ਹਾਂਜੀ ਹਾਂਜੀ ਅੱਛਾ ਜੀ, ਕਾਗਜ਼ ਨਾ ਕੱਢਿਓ, ਦੂਜੇ ਕੱਢਿਓ ਮੋਦੀ ਵਾਲੇ। ਵਾਹ ਕੀ ਬਾਤ ਹੈ ਜੀ, ਇਹ ਤਾਂ ਇੱਕ ਵੱਟੇ ਇੱਕ ਨੋਟ ਦੇ ਗਏ, ਇੱਕ ਲੈ ਗਏ, ਕਮਾਲ ਦੀ ਗੱਲ ਕਰਦੀ ਤੁਸੀਂ। ਮੈਨੂੰ ਕਬੀਲਦਾਰ ਬੰਦੇ ਵੀਰੇ ਘਰ ਦਾ ਵੀ ਫਿਕਰ ਹੈ, ਦੇਖੋ 10 ਰੁਪਏ ਵਾਪਸ ਲੈ ਗਏ ਮੇਰੇ। ਵੈਸੇ ਗੱਲ ਇਹ ਵੀ ਤਾੜੀ ਦਾ ਹਿਸਾਬ ਨਹੀਂ ਦੇਣਾ ਪਊ ਤੁਹਾਨੂੰ, ਕਿਤੇ ਮੈਡਮ ਚ ਕਹੇ ਵੀ ਤੈਨੂੰ ਇਕੱਲੇ ਨੂੰ ਤਾੜੀ ਮਾਰਨ ਦੀ ਕੀ ਲੋੜ ਸੀ। ਹੈਲੋ ਹੈਲੋ ਹੈਲੋ, ਮੈਂ ਸ਼ਾਹਕੋਟ ਤੋਂ ਬੋਲਦਾ, ਓਮ ਪ੍ਰਕਾਸ਼ ਮੱਟੂ, ਲੇਕਿਨ ਮੈਨੂੰ ਗਾਣਾ ਨਹੀਂ ਆਉਂਦਾ, ਤੁਹਾਨੂੰ ਦੋ ਬੋਲ ਇੱਕ ਗਾਣੇ ਦੇ ਸੁਣਾਉਣ ਲੱਗਾ। ਤੁਖਦੀ ਅੱਗ ਤੇ ਤੇਲ ਪਾਇਆ ਨਾ ਕਰਨੀ, ਹੱਥ ਜੋੜ ਕੇ ਕਹਿੰਦੇ ਆ ਚੇਤੇ ਆਇਆ ਨਾ ਕਰਨੀ। ਮਤਲਬ ਚੇਤੇ ਕਿਹਨੂੰ ਕਿਹਾ ਜੀ, ਮਤਲਬ ਚੇਤਾ ਆਪਣੀ ਘਰ। ਵਾਹ ਜੀ ਵਾਹ, ਜ਼ੋਰਦਾਰ ਤਾੜੀਆਂ ਮਾਰ ਦੋ ਜੀ, ਨੰਬਰ ਟੁੱਟ ਗਿਆ। ਘਰ ਵਾਲੀ ਦੇ ਨਾਂ ਦੇ ਪਹਿਲਾ ਬੰਦਾ ਜਿਹੜਾ ਕਹਿੰਦਾ ਘਰ ਵਾਲੀ ਦਾ ਚੇਤਾ ਹੁੰਦਾ, ਨਹੀਂ ਤਾਂ ਹਿਸਾਬ ਕਿਤਾਬ ਜੇ ਲਾਈ ਜਾਂਦੇ ਨੇ ਬੰਦੇ ਵੀ ਕਦੋਂ ਛੁੱਟੀਆਂ ਹੋਣਗੀਆਂ ਜਵਾਕਾਂ ਨੂੰ, ਕਦੋਂ ਪੇਕਿਆਂ ਨੂੰ ਜਾਊ ਮੈਂ 10 ਕੁ ਦਿਨ ਚੇਤਾ ਭੁੱਲਾਂ। ਸੋ ਬਹੁਤ ਬਹੁਤ ਧੰਨਵਾਦ ਜੀ ਬੱਚਿਓ, ਬਹਿ ਜਾਓ ਵੀਰੇ, ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਜਿਸ ਨੇ ਬਹੁਤ ਇੱਜ਼ਤ ਕਮਾਈ ਹੈ, ਇਹਦੇ ਇੱਕ ਕੁੜੀ ਤੇ 5 ਜਵਾਈ ਹੈ, ਆਪ ਹੀ ਹਿਸਾਬ ਲਾ ਲਿਓ ਕਿੰਨੀ ਕੁ ਇੱਜ਼ਤ ਕਮਾਈ ਹੈ। ਜੇ ਹੁਣ ਫੁੱਫੜਾਂ ਦੀ ਗੱਲ ਕਰਾਂਗੇ, ਚਲੋ ਉਹ ਵੀ ਦੱਸਦਾ ਵੀ ਫੁੱਫੜ ਕਿੰਨੇ ਕਿੰਨੇ। ਸੋ ਗੱਲ ਕਹਿੰਦੇ ਜੀ ਹੱਸਦਿਆਂ ਦੇ ਘਰ ਵਾਸਤੇ ਕਮੇਡੀ ਦਾ ਕਿਹੋ ਜਿਹਾ ਕਨਸੈਪਟ ਹੈ, ਥੋੜਾ ਕਈ ਵਾਰ ਕਿਸੇ ਤੇ ਗੱਲ ਲੱਗ ਜਾਂਦੀ ਹੈ, ਸੋ ਮਾਫੀ ਚਾਹਾਂਗੇ ਜੀ। ਹੱਸਦੇ ਰਹੋ, ਵੱਸਦੇ ਰਹੋ ਤੇ ਪ੍ਰਮਾਤਮਾ ਪੀਰ ਪਾਤਸ਼ਾਹ ਕਿਰਪਾ ਕਰਨ, ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰਨ। ਸੋ ਜਿੱਥੇ ਕਿਤੇ ਵੀ ਮੇਰੀ ਆਵਾਜ਼ ਸੁਣਦੀ ਹੈ ਬੀਬੋ ਭੂਆ, ਕਿਰਪਾ ਕਰਕੇ ਸਟੇਜ ਤੇ ਪਹੁੰਚ ਜਾ ਬੀਬੋ ਭੂਆ। ਮੈਂ ਕਿਹਾ ਜ਼ਮੀਨ ਮਾਰਿਓ, ਆਖੇ ਨਾ ਦੇ ਪੁੱਠੇ ਚੱਲਦੇ ਨੇ ਮੇਰੇ ਘਰ ਵਾਲੀ ਵਾਂਗੂ। ਭੂਆ ਜੀ ਸਤਿ ਸ੍ਰੀ ਅਕਾਲ, ਵੇ ਕਾਦੀ ਦਾਲ ਤਾਂ ਚਾਰਨਾ ਖਾਨੇ ਕੇ ਬੇੜਾ ਪੂਰਾ ਕਰਦੇ ਆ।
ਉਹ ਭੂਆ ਤੈਨੂੰ ਉੱਚਾ ਸੌਂਦਾ ਗਿਆ, ਤੁਹਾਡੀ ਖਾਣ ਪੀਣ ਦੀ ਸੁਰਤੀ ਰਹਿੰਦੀ ਆ, ਪਹਿਲਾਂ ਇਹਨਾਂ ਦੇ ਪਕੌੜਿਆਂ ਨੂੰ ਭੱਜ ਕੇ ਪੈ ਗਏ ਭਾਜੀ, ਗਾ ਰਹੇ ਸੀ ਭੂਆ ਮੈਂ ਤੈਨੂੰ ਕਹਿੰਦਾ ਨਮਸਤੇ ਨਮਸਤੇ, ਵੇ ਕਾਦੇ ਗੋਡੇ ਕਸਤੇ, ਮੇਰੇ ਤਾਂ ਗੋਡੇ ਢਿੱਲੇ ਨੇ ਜਾਇ ਖੜਦੇ, ਉਹਦੇ ਮੇਰੀ ਭੈਣ ਬੈਠੀ ਆ ਉਹਦੇ ਪੁੱਛ ਲੈ, ਉਹ ਬੋਲਿਆ ਕੁਕੜਾ ਮੈਂ ਤੈਨੂੰ ਅੰਗਰੇਜ਼ੀ ਚ ਕਹਿੰਦਾ ਗੁੱਡ ਮਾਰਨਿੰਗ, ਵੇ ਖੁੱਡ ਪੜਦੀ ਹੈ ਭੂਆ, ਤੂੰ ਮਸਕਰੀਆਂ ਛੱਡ ਦੇ, ਦੇਖ ਆਪਾਂ ਪੀਰਾਂ ਦੇ ਦਰ ਤੇ ਪਹੁੰਚਿਆ, ਸਾਰੀ ਸੰਗਤ ਪਹੁੰਚੀ ਆ, ਸਾਹ ਕੌੜ ਦੀ ਥੋੜੀ ਆਵਾਜ਼ ਹੋਰ ਖੋਲ ਦੇ ਵੀਰੇ, ਲੱਗ ਜਾਖੇ ਸੁੱਟ ਪਈ 50 ਰੁਪਈਆਂ ਦੀ ਖੋਲ ਦੇ, ਹਾਂ ਨਹੀਂ ਤਾਂ ਫਿਰ ਅਸੀਂ ਹੋਰ ਵੀ ਕੁਝ ਕਹਿ ਦਿੰਦੇ ਜੇ ਕੋਈ ਸਾਉਣ ਵਾਲਾ ਆਖੇ ਨਾ ਲੱਗੇ, ਤੇ ਗੱਲ ਇਹ ਵੀ ਭੂਆ ਦੇਖ ਪੀਰਾਂ ਦੇ ਦਰ ਤੇ ਬੈਠਿਆ, ਸਾਰੀ ਸੰਗਤ ਨੂੰ ਪਹਿਲਾਂ ਪੀਰਾਂ ਦੀਆਂ ਵਧਾਈਆਂ ਦੇ ਦੇ ਵਧਾਈਆਂ, ਵੇ ਗਰਮੀ ਦਾ ਟਾਈਮ ਆ, ਰਜਾਈਆਂ ਕਿੱਥੋਂ ਦੇਦਾ ਇਹਨਾਂ ਨੂੰ ਮੈਂ, ਭੂਆ ਮੈਂ ਤੈਨੂੰ ਵਧਾਈਆਂ ਕਿ ਅਸੀਂ ਵਧਾਈਆਂ, ਪਹਿਲਾਂ ਮੈਨੂੰ ਗੱਲ ਦੱਸ ਭੂਆ ਤੂੰ ਅੱਜ ਫੁੱਫੜ ਨੂੰ ਨਾਲ ਕਿਉਂ ਨਹੀਂ ਲੈ ਕੇ, ਵੇ ਮੈਂ ਤਾਂ ਨਹੀਂ ਨਾਲ ਲੈ ਕੇ ਆਈ, ਆ ਦੇਖ ਗੋਲ ਮਟੋਲ ਜਾ ਬੈਠਾ ਫੁੱਫੜ ਨੂੰ ਘੱਟ ਹੈ, ਉਹ ਮੇਰੇ ਨਾਲ ਲੜ ਪਿਆ, ਕਿਉਂ ਮੈਨੂੰ ਕਹਿੰਦਾ ਭਾਗਵਾਨੇ ਮੇਰੇ ਹੁੰਦਾ ਰਹਿੰਦਾ ਢਿੱਡ ਚ ਦਰਦ, ਕਹਿੰਦਾ ਜੇ ਮੈਂ ਮਰ ਗਿਆ ਕੱਲ ਨੂੰ ਤੂੰ ਕੋਈ ਹੋਰ ਤਾਂ ਨਹੀਂ ਵਿਆਹ ਕਰਾਉਂਦੀ, ਤੂੰ ਕੀ ਕਿਹਾ, ਮੈਂ ਕਿਹਾ ਜੀ ਕੱਲ ਨੂੰ ਜੇ ਤੁਸੀਂ ਮਰ ਗਏ ਤਾਂ ਮੈਂ ਆਪਦੀ ਵੱਡੀ ਭੈਣ ਕੋਲੇ ਰਿਹਾ ਕਰੂ, ਸਾਹ ਕੋਟ ਵਾਲੀ ਕੋਲੇ, ਫੁੱਫੜ ਦੀ ਸਾਲੀ ਕੋਲੇ, ਹਾਂ ਹਾਏ ਹਾਏ, ਮੈਂ ਕਿਹਾ ਜੇ ਕੱਲ ਨੂੰ ਮੈਂ ਮਰ ਗਈ ਫਿਰ ਤੁਸੀਂ ਤਾਂ ਨਹੀਂ ਕੋਈ ਹੋਰ ਵਿਆਹ ਕਰਾਉਂਦੇ, ਫੁੱਫੜ ਕੀ, ਕਹਿੰਦਾ ਮੈਂ ਨਹੀਂ ਹੋਰ ਵਿਆਹ ਕਰਾਉਂਦਾ, ਮੈਂ ਤਾਂ ਤੇਰੀ ਭੈਣ ਕੋਲੇ ਰਿਹਾ ਕਰੂ, ਉਹ ਪੂਰਾ ਸਾਰੀ ਤੇ ਅੱਖ ਸਾਰਿਆਂ ਦੀ ਹੁੰਦੀ ਆ, ਉਹ ਗੱਲ ਵੱਖਰੀ ਆ ਵੀ ਹੱਥ ਨਾ ਪਹੁੰਚੇ ਥੂ ਕੌੜੀ, ਗੱਲ ਇਹ ਆ ਪੂਰਾ ਮੇਰੀ ਭੈਣਾਂ ਬੈਠੀਆਂ ਨੇ, ਹਾਂ ਇੱਕ ਭੈਣਾਂ ਦੇ, ਹੈਲੋ ਭੈਣਾਂ ਦੇ ਨਾਂ ਤੇ ਸ਼ੇਅਰ, ਜੇ ਗੱਲ ਚੰਗੀ ਲੱਗੀ ਪ੍ਰੋਬਲਮ ਕੀ ਹੁੰਦਾ ਸੈੱਟ ਕਰ ਦੇ, ਉਹ ਗੱਲ ਹੋ ਜਾਂਦੀ ਆ ਜਦੋਂ ਕਹਿੰਦੇ ਹੁੰਦੇ ਆ ਵੀ ਹਾਂਜੀ ਸ਼ਿਕਾਰ ਆ ਕੁੱਤੀ ਨੂੰ, ਨਹੀਂ ਤਾਂ ਰੱਬ ਕਰਕੇ ਤੇਰੇ ਹਜੇ ਸਾਹਮਣੇ ਫੋੜਾ ਹੋਵੇ, ਉੱਥੇ ਨਾ ਬਹਿ ਹੋਵੇ ਨਾ ਪਾਇਆ ਹੋਵੇ, ਚੰਗਾ ਭੈਣਾਂ ਨੂੰ ਵਧਾਈ, ਮੇਰੀਆਂ ਭੈਣਾਂ ਜੇ ਗੱਲ ਚੰਗੀ ਲੱਗੀ ਤਾਂ ਤਾੜੀ ਮਾਰ ਦਿਓ, ਨਾ ਤਾੜੀ ਨਾ ਮਾਰੋ 100-100 ਰੁਪਈਆ ਦੇ ਦਿਓ, ਭਾਈਆਂ ਭਾਈਆਂ ਵਿੱਚ ਫਰਕ ਨਹੀਂ ਹੁੰਦਾ, ਇਹ ਫਰਕ ਦਰਾਣੀਆਂ ਜਠਾਣੀਆਂ ਕਰਦੀਆਂ ਨੇ, ਬੰਦਾ ਕੰਮ ਤੋਂ ਥੱਕਿਆ ਟੁੱਟਿਆ ਆਵੇ ਘਰੇ ਉਹਦੇ ਕੰਨ ਰਹਿੰਦੀਆਂ ਭਰਦੀਆਂ ਨੇ, ਇਹਨੇ ਆ ਕੀਤਾ ਇਹਨੇ ਬਾਹ ਕੀਤਾ, ਬੱਚਿਆਂ ਵਿੱਚ ਦੀ ਇੱਕ ਦੂਜੀ ਨੂੰ ਰਹਿੰਦੀਆਂ ਗਾਲਾਂ ਕੱਢਦੀਆਂ ਨੇ, ਜਦੋਂ ਅੱਡ ਹੋ ਜਾਣ ਇੱਕ ਪਰਿਵਾਰ ਦੇ ਦੋ ਹਿੱਸੇ ਹੋ ਜਾਣ ਫਿਰ ਇਹੀ ਭਜਨ ਮਹਾਰਾਜ ਇੱਕ ਦੂਜੀ ਨਾਲ ਕੰਧਾਂ ਤੇ ਚੜ ਕੇ ਅੱਡੀਆਂ ਚੱਕ ਕੇ ਗੱਲਾਂ ਕਰਦੀਆਂ ਨੇ, ਭੈਣੇ ਤੁਸੀਂ ਕਾਹਦੀ ਤਾਂ ਧਰੀ ਅੱਜ, ਹਾਂ ਹੈ ਭੈਣੇ ਸਾਡੇ ਵਾਲੀ ਮੂੰਗੀ ਦੀ ਲੈ ਲਓ, ਹੈ ਭੈਣੇ ਦੀਦੀ ਫਿਰ ਪਹਿਲਾਂ ਉਹੀ ਮੂੰਗੀ ਦੀ ਪਿੱਛੇ ਲੜੀ ਜਾਂਦੀ ਹੋਣੀ, ਇਹੀ ਕਰਦੇ ਨੇ ਬਸ, ਇੱਕ ਪੀਰਾਂ ਦੇ ਦਰ ਤੇ ਹੋਰ ਸਿੱਖਿਆ ਲੈ ਕੇ ਜਾਣੀਆਂ ਵੀ ਕਿਸੇ ਨੇ ਭਾਈਆਂ ਭਾਈਆਂ 'ਚ ਫਰਕ ਨਹੀਂ ਪਾਉਣਾ, ਹੱਸਦਿਆਂ ਦੇ ਘਰ ਵੱਸਦੇ ਨੇ, ਚੰਗਾ ਭੂਆ ਮੈਨੂੰ ਭੂਆ ਜਦ ਤੈਨੂੰ ਪਤਾ ਸੀ ਵੀ ਆਪਾਂ ਸੁਲਤਾਨ ਅਖਤ ਜੀਆਂ ਦੇ ਪਹੁੰਚਣਾ ਘਰ ਦੇ ਵਿੱਚ ਪ੍ਰੋਗਰਾਮ ਦੇ ਉੱਪਰ, ਤੂੰ ਮਾੜੀ ਮੋਟੀ ਟਾਵਰ ਕੱਢ ਕੇ ਆਉਣਾ ਸੀਗਾ, ਟਾਵਰ ਮੈਂ ਵੀ ਟਾਵਰ ਕੱਢ ਕੇ ਆਈ ਹਾਂ, ਮੈਂ ਸੋਹਣੀ ਲੱਗਦੀ ਹਾਂ, ਲੱਗਦੀ ਹਨੀਪ੍ਰੀਤ, ਹੋਰ ਵੀ ਕਹਿ ਲਾ ਕੁਛ, ਉਹ ਟਾਵਰ ਕੱਢਣੀ ਭੂਆ ਇੱਧਰ ਦੇਖ ਲਾ, ਪਹਿਲੀ ਗੱਲ ਤਾਂ ਉਹ ਮੈਂ ਜਿਹੜੀ ਜੁੱਤੀ ਲਾ ਕੇ ਆਇਆ ਨਾ 1000 ਰੁਪਏ ਦੀ ਜੁੱਤੀ ਆ ਮੇਰੀ, ਭਾਈ ਤੁਸੀਂ ਪਹਿਚਾਣ ਲਓ, ਸਾਹ ਕੋਟ ਵਾਲਿਓ ਕਿਤੇ ਸੋਡੀ ਨਾ ਹੋਵੇ, ਗੁਰਦੁਆਰੇ ਚੱਕ ਕੇ ਲਿਆਉਣੀ ਹੋਈ ਆ ਨੰਗ ਨੇ, ਹਾਂ ਇੱਧਰ ਪੱਗ ਬੰਨੀ ਹੋਈ ਆ ਮੈਂ 500 ਰੁਪਏ ਦੀ, ਆਹੋ ਦਾਰੀ ਦਾਰੀ ਮੰਗ ਕੇ ਲਿਆਇਆ ਕਿਸੇ ਤੋਂ, ਭਾਵੇਂ ਭਾਈ ਰੀਸ ਕਰ ਲਓ ਜਵਾਕ ਦੀ, ਹੋਰ ਵੀ ਨੋਟ ਬੋਲਣ ਵਾਲੀ ਭੂਆ ਇੱਧਰ ਦੇਖ ਆ ਸ਼ਰਟ ਪਾਈ ਹੋਈ ਆ ਮੈਂ 1500 ਰੁਪਏ ਦੀ ਆਈ ਆ, ਸੰਡੇ ਮਾਰਕੀਟ ਚੋਂ ਲਿਆਂਦੀ ਹੋਈ ਆ, ਉਹ ਭੂਆ ਆ ਪੈਂਟ ਦੇਖ ਲਾ ਪੂਰੇ 2000 ਦੀ ਪੈਂਟ ਪਾਈ ਹੋਈ ਆ ਮੈਂ, ਵੇ ਮੈਂ ਤੈਨੂੰ ਐਂ ਕਹਿੰਦੀ ਤੇਰੀ ਪੈਂਟ ਦੀ ਜਿੱਪ ਖੋਲੇ 10 ਰੁਪਏ ਫੁੱਲਾਂ ਦਾ ਕੱਛਾ ਦਿਖੀ ਜਾਂਦਾ,
ਸੱਚੀ ਉਹਦਾ ਨਹੀਂ ਦਿਖੀ ਜਾਂਦਾ ਕਿਤੇ ਬਹਿ ਜਾ ਹੋ ਜੇ ਭੂਆ ਤੂੰ ਵੀ ਟੌਰ ਕੱਢ ਕੇ ਆਇਆ ਕਰ ਮੈਂ ਵੀ ਟੌਰ ਕੱਢ ਕੇ ਆਇਆ ਨਹੀਂ ਤੈਨੂੰ 100 ਰੁਪਿਆ ਹੋਰ ਆ ਜਾਂਦਾ ਤੇਰੀ ਟੌਰ ਕੱਢ ਨਹੀਂ ਆਇਆ ਕਿਉਂ ਹਾਂ 10 ਰੁਪਏ ਆਏ ਨੇ ਮੇਰੀ ਤਾਂ ਪੂਰੀ ਟੌਰ ਹੈ ਆ ਜਿਹੜੀ ਟੌਰ ਆ ਫਿਰ ਆ ਕੀ ਹੈ ਤੇਰਾ ਇਹ ਮੇਰਾ ਨਾਲਾ ਨਹੀਂ ਹੋਰ ਕੀ ਆ ਇਹ ਤਾਂ ਮੇਰਾ ਟਾਵਰ ਹੈ ਜਿਵੇਂ ਮੋਬਾਈਲ ਫੋਨ ਦਾ ਨੈਟਵਰਕ ਬਣਦਾ ਹੁੰਦਾ ਮੈਂ ਮੇਰਾ ਇਹਦਾ ਨੈਟਵਰਕ ਬਣਦਾ ਹਾਂ ਉਹ ਮੈਨੂੰ ਪਤਾ ਤੂੰ ਕਿੱਥੇ ਕਿੱਥੇ ਨੈਟਵਰਕ ਲਾਏ ਨੇ ਬਿੱਲਾ ਪ੍ਰਧਾਨ ਜੀ ਬਿੱਲੂ ਪ੍ਰਧਾਨ ਜੀ ਮੈਂ ਕਿਹਾ ਬਿੱਲਾ ਤਾਂ ਦੁੱਧ ਪੀ ਜਾਂਦਾ ਹੁੰਦਾ ਬਿੱਲੂ ਪ੍ਰਧਾਨ ਜੀ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਦੇ ਬਾਅਦ ਦੇਖਦੇ ਹਾਂ ਕੀ ਨਵਾਂ ਕੀ ਨਾਮ ਤੇਰਾ ਕੀ ਨਾਮ ਉਹ ਚੰਦੇੜੇ ਆ ਜਾ ਉਹਦੇ ਜਾ ਕੀ ਨਾਮ ਹੈ ਗੌਰਵ ਪੜ੍ਹਦਾ ਹੁਣ ਕਿਹੜੀ ਕਲਾਸ ਚ ਅੰਗਰੇਜ਼ੀ ਬੋਲਦਾ ਉਹ ਜੇ ਅਖਰ ਬਾਲ ਜੇ ਵੀ ਤਿੱਖੇ ਜੇ ਕਰੀ ਫਿਰਦਾ ਚਾਜੀ ਵਾ ਆ ਵੇਖੋ ਆ ਲਾਈ ਹੋਈ ਆ ਕੀ ਓ ਫੈਲ ਫੁੱਲੀ ਜੀ ਬਦਲ ਕੀ ਉਹ ਗਰੀਸ ਲੱਗਿਆ ਹੋਇਆ ਗਰੀਸ ਉਰਿਆ ਪੁੱਤ ਉਰਿਆ ਗੌਰਵ ਉਰਿਆ ਤੂੰ ਅੰਗਰੇਜ਼ੀ ਪੜ੍ਹਦਾ ਹੁਣ ਅੰਗਰੇਜ਼ੀ ਬੋਲ ਕੇ ਦਿਖਾ ਲੈ ਉਹ ਅੰਗਰੇਜ਼ੀ ਚੰਗਾ ਇੱਕ ਮਿੰਟ ਹੋਰ ਆ ਜਾ ਪੁੱਤਰਿਆ ਹਾਂ ਆ ਜਾ ਐ ਦੱਸ ਫਿਰ ਅੰਗਰੇਜ਼ੀ ਪੜ੍ਹਦਾ ਜੇ ਬਾਂਦਰ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਨੇ ਮੌਂਕੀ ਵੈਰੀ ਗੁੱਡ ਵੈਰੀ ਗੁੱਡ ਜੀ ਤਾੜੀਆਂ ਲਾ ਦੋ ਇਹਦੇ ਨਾਲ ਤੇ ਹਾਂ ਕਹਿੰਦੇ ਬਾਂਦਰ ਨੂੰ ਕਹਿੰਦੇ ਨੇ ਮੌਂਕੀ ਦੇ ਤਾਜਾ ਬਾਂਦਰੀ ਨੂੰ ਵੀ ਦੱਸ ਜਾ ਕੀ ਕਹਿੰਦੇ ਨੇ ਬਾਂਦਰ ਦੇ ਘਰ ਵਾਲੀ ਬਾਂਦਰੀ ਦਾ ਪਤਾ ਨਹੀਂ ਬਾਂਦਰੀ ਨੂੰ ਕਹਿੰਦੇ ਨੇ ਲੇਡੀਜ਼ ਮੌਂਕੀ ਠੀਕ ਆ ਬੱਚੇ ਤੇ ਬੱਚਿਆਂ ਬਾਰੇ ਬਹੁਤ ਬਹੁਤ ਧੰਨਵਾਦ ਕਈ ਵਾਰ ਸਾਡੇ ਘਰਾਂ ਦੇ ਵਿੱਚ ਪਤਾ ਕੀ ਵੇਖਦੇ ਅਸੀਂ ਬੱਚਿਆਂ ਨੂੰ ਇੱਕ ਹੋਰ ਵੀ ਗੱਲ ਹੈ ਇਹ ਜਿਹੜੇ ਤੁਸੀਂ ਪੈਸੇ ਦੇ ਕੇ ਜਾਣੇ ਆ ਇਹ ਅਸੀਂ ਲੰਗਰਾਂ 'ਚ ਹੀ ਪਾਉਣੇ ਆ ਉਹ ਗੱਲ ਵੱਖਰੀ ਹੈ ਵੀ ਲੰਗਰ ਸਾਡੇ ਘਰੇ ਚੱਲਦੇ ਆ ਬਾਕੀ ਜਿੰਨੇ ਕੋਈ ਪੈਸੇ ਦੇ ਕੇ ਜਾਊ ਮੈਂ ਓਨੇ ਹੀ ਬੋਲੂ ਇੱਕ ਦਿਨ ਮੇਰੇ ਨਾਲ ਧੋਖਾ ਹੋ ਗਿਆ ਕਿਵੇਂ ਮੈਨੂੰ ਇੱਕ ਲਾਲਾ 10 ਰੁਪਏ ਦੇ ਗਿਆ ਮੈਂ ਉਹਦਾ ਨੰਬਰ ਬਣਾਤੇ ਮੈਂ ਕਿਹਾ ਧਣੀ ਰਾਮ ਸ਼ੇਠ ਮੈਨੂੰ ਦੇ ਕੇ 10 ਰੁਪਏ ਗਿਆ ਮੈਂ ਕਿਹਾ ਲਾਲਾ ਜੀ ਮੈਨੂੰ 100 ਰੁਪਇਆ ਦੇ ਕੇ ਕਹਿੰਦੇ ਮਾਣ ਸਤਿਕਾਰ ਵੱਡਾ ਕਰਕੇ ਗਏ ਨੇ ਤੇ ਜਦੋਂ ਮੈਂ ਪ੍ਰੋਗਰਾਮ ਕਰਕੇ ਹੱਟੀ ਬੇੜੀ ਬੈਠੀ ਵਾਲਾ ਭੁੰਨੀਆਂ ਇੱਥੇ ਸਟੇਜ ਦੇ ਕੋਲੇ ਖੜਾ ਮੈਨੂੰ ਕਹਿੰਦਾ ਬੀਬੋ ਭੂਆ ਮੇਰੀ ਨਿਗਾਹ ਕਮਜ਼ੋਰ ਹੈ ਤੈਨੂੰ ਮੈਂ ਦੇਣੇ ਤਾਂ 10 ਰੁਪਏ ਸੀ ਭੁਲੇਖੇ ਨਾਲ 100 ਦੇ ਗਿਆ ਮੇਰੇ 90 ਮੋੜ ਇਹ ਲਕਸ਼ਮੀ ਦੇ ਪੁਜਾਰੀ ਨੇ ਕਈ ਵਾਰ ਆਈ ਵੀ ਹੋ ਜਾਂਦਾ ਚੱਲ ਕੋਈ ਗੱਲ ਨਹੀਂ ਭੂਆ ਭੈਣਾਂ ਬੈਠੀਆਂ ਨੇ ਸਾਡੇ ਪਿੰਡ ਦੀ ਇੱਕ ਬੁੜੀ ਸੀ ਗੱਲ ਗੌਰ ਨਾਲ ਸੁਣਿਓ ਸਾਡੇ ਪਿੰਡ ਦੀ ਇੱਕ ਬੁੜੀ ਸੀ ਉਹਦਾ ਅੰਤ ਵੇਲਾ ਆ ਗਿਆ ਤੇ ਸਿਆਣੇ ਕਹਿੰਦੇ ਨੇ ਵੀ ਅੰਤ ਵੇਲੇ ਜਾਂਦਾ ਬੰਦੇ ਦੇ ਨਾਲ ਕੀ ਜਾਂਦਾ ਰੱਬ ਦਾ ਨਾਂ ਜਾਂਦਾ ਸਤਨਾਮ ਵਾਹਿਗੁਰੂ ਨਾਮ ਜਪਿਆ ਕਰ ਉਹਦੇ ਮੂੰਹ ਦੇ ਵਿੱਚ ਚਮਚੇ ਪਾਉਂਦੇ ਸੀ ਪਾਣੀ ਦੇ ਮਰਨ ਵਾਲੀ ਸੀ ਬੁੜੀ ਮਰਨ ਵਾਲੀ ਸੀ ਤੇ ਜਦੋਂ ਅੰਤ ਵੇਲਾ ਬੁੜੀ ਦਾ ਆਇਆ ਵਿਆ ਸੀ ਉਹਨੂੰ ਕਹਿੰਦੇ ਨਾਮ ਜਪਿਆ ਕਰ ਉਹਨੇ ਕਰ ਲਈ ਹੈਂਡ ਕਹਿੰਦੀ ਆ ਜੇ ਚਾਹੇ ਸਾਰਾ ਪਿੰਡ ਮੈਂ ਨਹੀਂ ਰੱਬ ਦਾ ਨਾਂ ਲਈ ਜਿਵੇਂ ਆ ਮੁੰਡਾ ਬਾਲ ਜੇ ਘੋਨੇ ਜਾਇਆ ਸੀਗਾ ਇਹਦੇ ਵਰਗਾ ਉਹਦਾ ਪੋਤਾ ਬੇਬੇ ਦਾ ਸਕੂਲੋਂ ਪੜ੍ਹ ਕੇ ਆਇਆ ਉਹਨੇ ਦੱਸੀ ਸਕੀਮ ਕਹਿੰਦਾ ਫੁੱਫੜ ਦਾ ਨਾਂ ਹੈ ਸਤਨਾਮ ਆਪਾਂ ਬੇਬੇ ਦੇ ਮੂਹਰੇ ਫੁੱਫੜ ਨੂੰ ਖੜਾਵਾਂਗੇ ਤੇ ਬੇਬੇ ਨੂੰ ਪੁੱਛਾਂਗੇ ਬੇਬੇ ਇਹ ਕੌਣ ਹੈ ਤਾਂ ਬੇਬੇ ਦੇ ਮੂੰਹ ਚੋਂ ਨਿਕਲ ਜੂ ਸਤਨਾਮ ਸਤਨਾਮ ਵੀ ਚੱਲ ਜਾਂਦੀ ਵੇਰੇ ਰੱਬ ਦਾ ਨਾਂ ਲਿਆ ਜੇ ਉਹ ਇੰਨੀ ਢੀਠ ਚਲੋ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਆ ਗਏ ਆਂਢ ਗੁਆਂਢ ਵੀ ਆ ਗਿਆ ਤੇ ਬੇਬੇ ਨੂੰ ਪੁੱਛਿਆ ਬੇਬੇ ਇਹ ਕੌਣ ਹੈ ਕਹਿੰਦੀ ਮੈਂ ਪਛਾਣ ਲਿਆ ਇਹ ਤਾਂ ਸੁਲਤਾਨ ਅਖਤਰ ਕਹਿੰਦੇ ਸ਼ੁਕਰ ਹੈ ਬੁੜੀ ਦੀ ਨਿਗਾਹ ਕੰਮ ਕਰਦੀ ਹੈ ਜੋਤ ਕੰਮ ਕਰਦੀ ਹੈ ਦੇਖਦਾ ਨਿਗਾਹ ਠੀਕ ਹੈ ਹਾਂ ਨਿਗਾਹ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਬੇਬੇ ਇਹ ਕੌਣ ਹੈ ਕਹਿੰਦੀ ਇਹ ਬਲਵੀਰ ਸਿੰਘ ਹੈ ਕਹਿੰਦੇ ਸ਼ੁਕਰ ਹੈ ਬੁੜੀ ਨੂੰ ਕੰਨਾਂ ਤੋਂ ਵੀ ਸਹੀ ਸੁਣ ਜਾ ਉਸ ਤੋਂ ਬਾਅਦ ਆ ਗਈ ਬਾਰੀ ਬੇਬੇ ਦੇ ਜਮਾਈ ਦੀ ਕੈਦੀਆਂ ਵਾਂਗੂ ਬੇਬੇ ਦੇ ਜਮਾਈ ਨੂੰ ਬੇਬੇ ਦੇ ਮੂਹਰੇ ਪੇਸ਼ ਕੀਤਾ ਜਿਹਦਾ ਨਾਂ ਸੀ ਸਤਨਾਮ ਸਤਨਾਮ ਬੇਬੇ ਨੂੰ ਪੁੱਛਿਆ ਬੇਬੇ ਇਹ ਕੌਣ ਹੈ ਕਹਿੰਦੀ ਜੋਖਣ ਦੇ ਮੈਂ ਪਛਾਣ ਲਿਆ ਸਾਰੇ ਕਹਿੰਦੇ ਤੈਂ ਤਾਂ ਪਛਾਣ ਲਿਆ ਸਾਨੂੰ ਤਾਂ ਦੱਸ ਦੇ ਕੌਣ ਹੈ ਕਹਿੰਦੇ ਬੇਬੇ ਕੌਣ ਹੈ ਕਹਿੰਦੀ ਜੋਖਣ ਦੇ ਮੈਂ ਪਛਾਣ ਲਿਆ ਕੌਣ ਹੈ ਓਹ ਮੇਰਾ ਤਾਂ ਬੜਾ ਜੋਰ ਜਾਣਾ ਪਾ ਮੈਨੂੰ ਪਤਾ ਲੱਗ ਗਿਆ ਵੀ ਕੌਣ ਹੈ ਸਾਰਾ ਟੱਬਰ ਕਹੀ ਜਾਵੇ ਬੇਬੇ ਨਾਂ ਤਾਂ ਲੈ ਕੌਣ ਹੈ ਇਹਦਾ ਨਾਂ ਲੈ ਬੇਬੇ ਨੇ ਤੋੜੀ ਚੁੱਪ ਕਹਿੰਦੀ ਜੈਖਣ ਦੋ ਮੈਨੂੰ ਉਹਦਾ ਪ੍ਰਾਹੁਣਾ
ਸਤਨਾਮ ਫੇਰ ਨਹੀਂ ਕਿਹਾ, ਸਤਨਾਮ ਫੇਰ ਨਹੀਂ ਕਿਹਾ, ਇਸ ਕਰਕੇ ਰੱਬ ਦਾ ਨਾਂ ਲੈ ਲਿਆ। ਇਹ ਵਿੱਚ ਵਿੱਚ ਬੜੇ ਜਿੱਦੀ ਲੋਕ ਨੇ, ਅੱਜ ਕਈ ਜਿੱਦੀ ਇਹੋ ਜਿਹੇ ਲੋਕ ਨੇ ਕਹਿੰਦੇ ਰੁਪਈਆ ਨਹੀਂ ਕੱਢਣਾ ਆਪਾਂ ਨੇ। ਹਾਂ ਸਹੀ ਗੱਲ ਹੈ। ਜਾਂ ਫਿਰ ਘਰ ਵਾਲੀਆਂ ਨੇ ਘੂਰ ਕੇ ਲਿਆਂਦੇ ਵੀ ਦੇਖੋ ਜੀ ਉੱਥੇ ਨਹੀਂ ਪੈਸਾ ਪੂਆ ਦੇਣਾ ਦੀ ਬਾਪੂਆ ਨੂੰ, ਜਿਹੜਾ ਨਹੀਂ ਡਰਦਾ ਉਹਦਾ ਵੀ ਪਤਾ ਲੱਗ ਜੂ ਅੱਜ। ਸੇ ਗੱਲ ਇਹ ਆ ਵੀ ਭੂਆ ਦੇਖੋ ਕਈ ਬੰਦਿਆਂ ਦਾ ਵਿਚਾਰ ਨੂੰ ਘਰੋਂ ਕੁੱਟ ਵੀ ਪੈਂਦੀ ਆ ਹਨਾ, ਬਾਹਰ ਆ ਗਿਆ ਜਿਸ ਦਿਨ ਕੈਲੋ ਮਰ ਗਈ ਸੀ ਫੁੱਫੜ ਨੂੰ ਕਿਉਂ ਕੁੱਟਿਆ, ਕੀ ਗੱਲ ਹੋ ਗਈ ਸੀ? ਆ ਬੱਚੇ ਬੜਾ ਮਾਣ ਸਤਿਕਾਰ ਕਰਕੇ ਗਏ ਨੇ, ਪ੍ਰੀਤ ਚੰਨ ਵੀ ਕਰਕੇ ਗਿਆ, ਉਹ ਕਹੇ ਕਿਤੇ ਉੱਤੋਂ ਹੀ ਆ ਗਿਆ ਉੱਪਰਲਾ ਚੰਨ। ਕੋਈ ਨਾ ਚੱਕ ਲਾਂਗੇ, ਪੈਸੇ ਨੀ ਛੱਡਦੇ ਗੌਰਵ। ਇਹ ਪੈਸਿਆਂ ਨੂੰ ਐ ਪੈਂਦਾ ਜਿਵੇਂ ਮੁਰਗੀ ਸੀਂਡ ਨੂੰ ਪੈਂਦੀ ਹੁੰਦੀ ਹੈ। ਮੈਨੂੰ ਗੱਲ ਦੱਸ ਵੀ ਕੈਲੋ ਕੇ ਘਰੇ ਫੁੱਫੜ ਦਾ ਕਿਉਂ ਕਟਾਪਾ ਹੋਇਆ ਜਿਸ ਦਿਨ ਕੈਲੋ ਮਰੀ ਸੀ, ਕੀ ਗੱਲ ਹੋ ਗਈ ਸੀ? ਵੱਡਾ ਗਾਂਧੀ ਆ ਗਿਆ, ਮੈਨੂੰ ਐ ਲੱਗਦਾ ਵੀ ਤੂੰ ਵੱਡਾ ਨਹੀਂ ਮਿਲਣਾ। ਨਹੀਂ ਇਹ ਮੇਰਾ 500 ਦਾ ਆਊਗਾ ਇਸ ਤੋਂ ਬਾਅਦ, 500 ਨਹੀਂ ਆਊਗਾ, ਦੇਖੀ ਕਿ ਜਵਾਕ ਲੈ ਕੇ ਆਊਗਾ, ਉਹ ਡੁਪਲੀਕੇਟ ਦੇ ਜੂ, ਨਹੀਂ ਅਸਲੀ ਆਊਗਾ। ਗੱਲ ਇਹ ਭੂਆ ਬੱਚਾ ਰੋਲਾ ਨੀ ਪਾਉਣਾ ਪਹਿਲੇ, ਭੂਆ ਮੈਨੂੰ ਗੱਲ ਦੱਸ ਖੜਾ ਹੋ ਕੇ ਫੜਾ ਦੇ ਪੁੱਤ। ਹਾਂ ਭੂਆ ਮੁੰਡੇ ਦਾ ਰੰਗ ਕਾਲਾ ਕਿਉਂ ਹੈ ਇਹਦਾ? ਹਾਂ ਜਦੋਂ ਇਹ ਹੋਣਾ ਸੀ ਇਹਦੀ ਮੰਮੀ ਨੇ ਕੋਕਾ ਕੋਲ ਲਿਆ ਸੀ, ਇਹ ਮੁੰਡੇ ਦਾ ਹੀ ਰੰਗ ਕਾਲਾ ਹੈ, ਰੜਿਆ ਹੋਇਆ ਰੜਿਆ ਹੋਇਆ। ਇੱਕ ਦੇਖਾ ਆਪਣਾ ਮੁੰਡਾ ਭੂਆ ਦਵਿੰਦਰ, ਹਾਂ ਦਵਿੰਦਰ, ਉਹਦੇ ਆਪਾਂ ਅਤੀ ਧੰਨਵਾਦੀ ਆ USA ਦੇ ਵਿੱਚ, USA ਚ ਜਿਹਦੀ ਬਦੌਲਤ ਇੱਥੇ ਪਹੁੰਚੇ ਆ। ਰੌਲਾ ਨਾ ਪਾਓ ਬੱਚੇ, ਦਵਿੰਦਰ ਮੁੰਡਾ ਬਹੁਤ ਸਾਊ ਆ ਭੂਆ, ਬਾਹਲਾ ਸਾਊ ਮੁੰਡਾ, ਰੱਬ ਕਰਕੇ ਇਹੋ ਜਿਹੇ ਮੁੰਡੇ ਘਰ ਘਰ ਹੋਣ। ਬਹਿ ਜਾਓ ਪੁੱਤਰ, ਰੌਲਾ ਨਾ ਪਾਓ ਬੇਟੇ। ਵਾਹ ਕਿਆ ਬਾਤ ਹੈ, ਲੈ ਕੁੜੇ ਤੂੰ ਹੀ ਰੱਖ ਲੈ, ਜਿਉਂਦੀ ਵਾਸਤੀ ਰਹਿ, 500 ਰੁਪਈਆ ਲੈ ਫੜ ਵੀ ਤੇਰਾ ਨੋਟ ਆ ਗਿਆ ਭੂਆ। ਭੂਆ 2 ਸਾਲ ਤੋਂ ਦਵਿੰਦਰ ਬਾਰੇ ਬੋਲਦੇ, ਬੜਾ ਸਾਊ ਮੁੰਡਾ ਆਪਣਾ ਦਵਿੰਦਰ ਦੇ ਨਾਂ ਤੇ ਦੱਬ ਕੇ ਤਾੜੀਆਂ ਲਾ ਦੋ ਜਿਹਦੀ ਬਦੌਲਤ ਪਹੁੰਚਿਆ ਸੀ, ਬੜਾ ਸਾਊ ਮੁੰਡਾ ਦਵਿੰਦਰ, ਸਾਊ ਮੁੰਡਾ ਮੇਰੇ ਕੋਲੇ ਆ ਗਿਆ। ਕਦੋਂ? ਛੋਟਾ ਜਿਹਾ ਹੁੰਦਾ ਆ ਗਿਆ, ਮੈਂ ਗੋਲੀ ਸੀ ਆਟਾ ਜਿਹਾ ਖੰਡਾ ਆਟੇ ਚ ਸੁਸੂ ਕਰਕੇ। ਮੈਂ ਤਾਂ ਸਾਰੀਆਂ ਭੈਣਾਂ ਨੂੰ ਕਹੂੰਗੀ ਮੁੰਡਾ ਜੰਮਣਾ ਹੋਵੇ ਤਾਂ ਦਵਿੰਦਰ ਵਰਗਾ ਜੰਮਿਓ, ਤੇ 2 ਘੰਟੇ ਲੇਟ ਹੀ ਜੰਮ ਦਿਓ। ਚੰਗਾ ਭੂਆ, ਕਹਿੰਦਾ ਤਾਵੇ 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 ਤੁਹਾਡੀ ਭੂਆ ਨੇ ਮੋਬਾਈਲ ਲੈ ਲਿਆ, ਤੁਹਾਡੇ ਫੁੱਫੜ ਤੋਂ ਝੱਲਿਆ ਨਾ ਜਾਵੇ, ਨਹੀਂ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਨੀ ਤੈਨੂੰ ਫੋਨ ਵਗੈਰਾ ਦਾ ਆਵੇ। ਮੈਂ ਕਿਹਾ ਫੋਨ ਕਰਦਾ ਮੈਨੂੰ ਆ ਜਿਹੜਾ ਪਰਨੇ ਜਿਹਾ ਬੈਠਾ ਬੈਠਾ, ਫੋਨਾਂ ਦੀ ਕੀ ਗੱਲ ਕਰਦਾ, ਮੈਨੂੰ 60 ਕੋੜ ਤੱਤੀਆਂ ਜਲੇਬੀਆਂ ਖਵਾਵੇ, ਉਹਦੇ ਨਾਲ ਕਾਹਦੀ ਪਾਈ ਹੋਈ ਹੈ। ਹਾਂ ਚੰਗਾ ਭੂਆ, USA ਦੇ ਵਿੱਚ ਆਪਣਾ ਦਵਿੰਦਰ ਬੈਠਾ, ਸੱਚ ਇੱਕ ਵਾਰ ਤੂੰ ਵੀ ਬਾਹਰਲੇ ਦੇਸ਼ ਗਈ ਸੀ, ਬਾਹਰਲੇ ਦੇਸ਼ ਦੀ ਗੱਲ ਸੁਣਾ ਬੱਚੇ। ਲੈ ਧਿਆਨ ਨਾਲ ਸੁਣੋ, ਮੈਂ ਭਾਈ ਬਾਹਰਲੇ ਜਦੋਂ ਦੇਸ਼ ਗਈ ਮੈਂ ਜਹਾਜ਼ 'ਚ ਬੈਠੀ ਤਾਂ ਮੈਨੂੰ ਆ ਕੇ ਏਅਰ ਹੋਸਟਲ ਕਹਿੰਦੀ, ਇੱਧਰ ਠੀਕ ਹੈ ਕਿਆ? ਹਾਂ ਚੁੜੀ ਵਾਲੀ ਦੇਖ ਕਿਵੇਂ ਗੌਰ ਨਾਲ ਦੇਖਦੀ ਆ, ਬਹੁਤ ਸੋਹਣੀ ਲੱਗਦੀ ਆ, ਵਧਾਈਆਂ ਤੈਨੂੰ ਵਿਆਹ ਦੀਆਂ ਨਵੇਂ ਦੀਆਂ, ਹਾਂ ਬਹੁਤ ਸਾਰੀਆਂ। ਹਾਂ ਤੇ ਜਦੋਂ ਮੈਂ ਜਹਾਜ਼ ਦੇ ਵਿੱਚ ਬੈਠੀ ਤਾਂ ਮੈਨੂੰ ਆ ਕੇ ਏਅਰ ਹੋਸਟਲ ਕਹਿੰਦੀ, ਕਹਿੰਦੀ ਤੁਹਾਨੂੰ ਜਹਾਜ਼ ਮੈਂ ਬੈਠ ਕੇ ਕੈਸਾ ਲੱਗਦਾ ਹੈ? ਮੈਂ ਤਾਂ ਨਾਲ ਦੀ ਨਾਲ ਹੀ ਕਹਿੰਦਾ ਮੱਖਿਆ ਮੈਨੂੰ ਤਾਂ ਘਰ ਵਰਗਾ ਹੀ ਲੱਗਦਾ, ਕਹਿੰਦੀ ਉਹ ਕਿਵੇਂ? ਮੱਖਿਆ ਮੈਨੂੰ ਘਰੇ ਵੀ ਨਹੀਂ ਮੂੰਹ ਲਾਉਂਦਾ, ਕੋਈ ਉਰੇ ਵੀ ਨਹੀਂ ਲਾਉਂਦਾ। ਫਿਰ ਮੈਨੂੰ ਕਹਿੰਦੀ ਖਾਣੇ ਕੇ ਲਈ ਕਿਆ ਚਾਹੀਏ? ਮੱਖਿਆ ਐਂ ਕਰ ਦਾਲ ਭੁਜੇ ਤੇ ਮਦਾਣਾ ਲਿਆ ਦੇ, ਕਹਿੰਦੀ ਕੰਨ ਤੇ ਮਾਰੂ ਤੇਰੇ ਰੱਖੜਾ, ਦੱਸ ਕਿਹੜੇ ਇੱਥੇ ਸਤ ਸੰਗ ਚਾਹੀਏ। ਚੱਲ ਮੈਂ ਉੱਥੇ ਬਹਿ ਗਈ, ਜਦੋਂ ਮੈਂ ਬੈਠੀ ਉੱਥੇ ਮੈਨੂੰ ਗੋਰੀ ਮੇਮ ਮਿਲ ਗਈ ਚਿੱਟੀ ਆਂਡੇ ਵਾਂਗੂ ਚਮਕੇ। ਥੈਂਕ ਯੂ, ਲਵ ਯੂ ਆ ਤੈਨੂੰ ਗੋਲ ਮਟੋਲੇ ਜੀ। ਦੀਦੀ ਤਾਂ ਕਹਦੇ, ਦੀਦੀ ਤਾਂ ਭੈਣ ਜੀ ਭੈਣ ਜੀ, ਭੈਣ ਜੀ ਇਹ ਵੇ, ਹਾਂ ਹਾਂ, ਕਿਉਂਕਿ ਆਪਸ ਵਿੱਚ ਭੈਣ ਜੀ ਕਹਿ ਕੇ ਗੱਲਾਂ ਕਰਦੇ। ਅੰਮਾ ਜੀ ਬਹੁਤ ਧੰਨਵਾਦ ਤੇਰਾ, ਮੇਰਾ ਮਾਣ ਸਤਿਕਾਰ ਬਖਸ਼ਿਆ, ਜਿਉਂਦੇ ਵਾਸਤੇ ਰਹੋ ਜੀ, ਧੰਨਵਾਦ। ਇਸ ਤੋਂ ਬਾਅਦ ਦੇਖਾਂਗੇ ਕੌਣ ਲੈ ਕੇ ਆਉ ਹਨਾ। ਹਾਂ ਪ੍ਰਮਾਤਮਾ ਇਹ ਜੀ ਰੀਸ ਸਾਰਿਆਂ ਨੂੰ ਲਾਵੇ।
ਵੈਸੇ ਸਾਊ ਬੰਦੇ ਬਹੁਤ ਘੱਟ ਹੀ ਹੁੰਦੇ ਨੇ ਨਾ ਜਿਹੜੇ ਪੈਸਾ ਕੱਢਦੇ ਨੇ। ਹਾਂ ਤੇ ਜਦੋਂ ਮੈਂ ਜਹਾਜ਼ ਦੇ ਵਿੱਚ ਬੈਠੀ ਭੈਣੇ ਮੈਨੂੰ ਗੋਰੀ ਮਿਲ ਗਈ ਮੇਮ, ਕਹਿੰਦੀ ਤੁਸੀਂ ਕਿੱਥੋਂ ਆਏ ਹੋ? ਮੈਂ ਆਖਿਆ ਮੈਂ ਪੰਜਾਬ ਤੋਂ। ਕਹਿੰਦੀ ਪੰਜਾਬ ਦੇ ਲੋਕ ਬਹੁਤ ਇੰਟੈਲੀਜੈਂਟ ਹੁੰਦੇ ਨੇ, ਤੇਜ਼ ਬਹੁਤ ਹੁੰਦੇ ਨੇ। ਕਹਿੰਦੀ ਤੂੰ ਇੱਕ ਮੇਰੇ ਸਵਾਲ ਦਾ ਜਵਾਬ ਦੇਈਂ। ਉਹਨੇ ਮੇਰੇ ਸ਼ਰਤ ਲਾ ਲਈ ਮੇਰੇ ਨਾਲ, ਜਾਣੀ ਕਿ ਮੇਰੇ ਨਾਲ ਲਾ ਲਈ ਉਹਨੇ ਅੰਗਰੇਜ਼ੀ ਚ ਪੰਜਾਬੀ ਚ ਦੱਸ ਦੇਣੀ ਹੈ। ਚਲੋ ਉਹਨੇ ਮੇਰੇ ਨਾਲ 500 ਰੁਪਏ ਦੀ ਸ਼ਰਤ ਲਾ ਲਈ। ਕਹਿੰਦੀ ਜੇ ਤੂੰ 500 ਰੁਪਇਆ ਦੀ ਸ਼ਰਤ ਲੱਗੂ, ਜੇ ਤੂੰ ਹਾਰ ਗਈ ਤਾਂ ਦੇਣਾ ਪਊ, ਨਹੀਂ ਮੈਂ ਦਊ। ਮੈਂ ਕਿਹਾ ਚੱਲ ਪੁੱਛ। ਉਹਨੇ ਅੰਗਰੇਜ਼ੀ ਚ ਭੈਣੇ ਸਵਾਲ ਪੁੱਛਿਆ ਮੈਂ ਤੋਂ, ਕਹਿੰਦੀ ਬਟ ਐਂਡ ਦਾ ਮੂਨ ਐਂਡ ਯੂਅਰ ਅਰਥ ਅਫਸ਼ਿਸ਼ ਕਰ ਗਈ। ਮੈਂ ਤਾਂ ਉਹਦੇ ਕਣੀ ਮੂੰਹ ਕਣੀ ਝਾਕਾ। ਮੈਂ ਕਿਹਾ ਭਾਈਆਂ ਪਿੱਟੀ, ਕਹਿੰਦੀ ਕੀ ਹੈ ਇਹ? ਚੱਲ ਮੈਂ 500 ਰੁਪਏ ਹਾਰ ਗਈ। ਜਦੋਂ ਹਾਰੀ ਹੋਈ ਮੈਂ ਕਿਹਾ ਤੂੰ ਵੀ ਮੇਰੇ ਸਵਾਲ ਦਾ ਜਵਾਬ ਦੇ ਕੇ ਜਾ। ਮੈਂ ਕਿਹਾ ਹੁਣ ਸ਼ਰਤ ਲੱਗੀ 2000 ਰੁਪਏ ਦੀ, 2000 ਦੀ ਸ਼ਰਤ ਲਾ ਲਈ। ਮੈਂ ਕਿਹਾ ਉਹ ਕਿਹੜਾ ਜਾਨਵਰ ਹੈ ਜਿਹੜਾ ਪੰਜ ਲੱਤਾਂ ਨਾਲ ਪਹਾੜ ਤੇ ਚੜ੍ਹਦਾ ਹੈ ਤੇ 6 ਲੱਤਾਂ ਨਾਲ ਥੱਲੇ ਉਤਰਦਾ? ਦੱਸੋ ਸਾਹ ਕੋਟ ਵਾਲਿਓ, ਕੋਈ ਦੱਸੋ। ਨਹੀਂ ਤੁਹਾਨੂੰ ਦਊ 2000 ਰੁਪਏ ਨਾਮ ਦਾ, ਜਿਵੇਂ ਤੁਸੀਂ ਝਾਕਦੇ ਹੋ ਆਈ ਭਾਈਆਂ ਪਿੱਟੀ ਗੋਰੀ ਝਾਕਣ ਲਾਤੀ ਮੈਂ। ਕਦੇ ਉੱਤੇ ਦੇਖੇ, ਕਦੇ ਥਾਂ ਦੇਖੇ, ਕਦੇ ਥਾਂ ਦੇਖੇ, ਕਦੇ ਪਛਾਣ ਦੇਖੇ। ਮੈਂ ਕਿਹਾ ਇਹ ਕੀ ਮੇਰੇ ਪਿਓ ਦੀ ਸਾਲੀ ਜਾਣੂਗੀ? ਜੇ ਇਹਨੂੰ ਉਨੀਆਂ ਦੀ 21 ਨਾ ਮਾੜੀ ਤਾਂ ਬੀਬਾ ਬੂਹੇ ਨੇ ਕਹੀ ਮੈਨੂੰ, ਤੇ ਉੱਤੇ ਦੇਖੇ ਕਦੇ ਥੱਲੇ ਦੇਖੇ। ਤੇ ਮੈਂ ਕਿਹਾ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ। ਮੈਂ ਕਿਹਾ ਜਦੋਂ ਮੈਨੂੰ ਸਵਾਲ ਦਾ ਨਹੀਂ ਪਤਾ ਲੱਗਿਆ ਸੀ ਤੈਨੂੰ ਮੈਂ 500 ਰੁਪਇਆ ਕੱਢ ਕੇ ਦੇਤਾ ਸੀ। ਮੈਂ ਕਿਹਾ ਕੱਢ 1000 ਰੁਪਇਆ। ਉਹਨੇ 1000 ਰੁਪਇਆ ਕੱਢਿਆ, ਗੀਜੇ ਚ ਪਾ ਲਿਆ ਮੈਂ, ਉਹ ਤਾਂ ਫੜਿਆ ਜਾਣੀ ਕਿ ਗੀਜੇ ਚ ਪਾ ਲਿਆ 2000। ਮੈਨੂੰ ਕਹਿੰਦੇ ਤੁਸੀਂ ਦੱਸੋ, ਮੈਨੂੰ ਗੋਰੀ ਕਹਿੰਦੀ ਤੁਸੀਂ ਦੱਸੋ ਕਿਹੜਾ ਜਾਨਵਰ ਹੈ? ਮੈਂ ਕੱਢਿਆ 500 ਰੁਪਇਆ ਉਹਦੇ ਹੱਥ ਤੇ ਰੱਖਦਾ। ਮੈਂ ਕਿਹਾ ਮੈਨੂੰ ਤਾਂ ਆਪ ਨੀ ਪਤਾ। ਬੱਲੇ ਵੀ ਬੱਲੇ ਭੂਆ, ਮੰਨ ਗਏ ਤੇਰੇ ਦਿਮਾਗ ਨੂੰ। ਇੱਕ ਵਾਰ ਜ਼ੋਰ ਦੇ ਤਾੜੀ ਮਾਰ ਲਓ ਸੁਸਤੀ ਦੂਰ ਹੋ ਜੂਗੀ, ਕਿਉਂਕਿ ਤਾੜੀ ਮਾਰਨੇ ਸਾਨੂੰ ਫਾਇਦੇ ਬਹੁਤ ਨੇ ਜੀ। ਨਾਲ ਬੈਠੇ ਤੇ ਕੁੰਡੀ ਜ਼ਰੂਰ ਵੱਜ ਜਾਂਦੀ, ਮਾੜੀ ਗੱਲ ਹੈ। ਛੋੜੋ ਨਸ਼ੇ ਤੇ, ਜਿਹਦੇ ਕੋਲੇ ਕੋਈ ਨਸ਼ਾ ਹੈ ਨਾ ਕੋਈ ਥੀਮ ਆ ਮੈਨੂੰ ਦੇ ਜੋ। ਇੱਕ ਹੋਰ ਗੱਲ ਭੈਣੇ ਤੁਹਾਡੇ ਸੁਣਨ ਵਾਲੀ ਗੱਲ ਹੈ। ਅੱਗੇ ਮੁੰਡੇ ਪਹਿਲਾਂ ਭੁੱਕੀ ਫੀਮ ਡੋਡੇ ਗੋਲੀਆਂ ਸੁਣਿਆ ਹੋਊ ਤੁਸੀਂ, ਅੱਜ ਕੱਲ ਦੇ ਮੁੰਡੇ ਟੀਕੇ ਤਾਂ ਵੀ ਸੁਣਿਆ ਤੁਸੀਂ, ਕੋਟ ਕਰਲੀਆਂ ਖਾ ਜਾਂਦੇ ਨੇ, ਮੈਂ ਕਿਹਾ ਲੰਡੀਆਂ ਕਰਤੀਆਂ ਛਿਪਕਲੀਆਂ ਪਰਿੰਡਾਂ ਖਾ ਜਾਂਦੇ ਨੇ। ਬੂਟਾਂ ਦੀ ਤੁਸੀਂ ਧੋਣੀ ਹੋ ਨਾ ਜਰਾਬਾਂ, ਇਹ 7-7 ਦਿਨ ਲਾਉਂਦੇ ਨੀ, ਉਹਨੂੰ ਨਿਚੋੜ ਕੇ ਗਲਾਸਾਂ ਚ ਪਾ ਕੇ ਉਹ ਵੀ ਪੀ ਜਾਂਦੇ ਨੇ। ਜੇ ਭੈਣੇ ਆਹੀ ਹਾਲ ਰਿਹਾ ਨਾ ਪੰਜਾਬ ਦਾ, ਕਿਸੇ ਨੇ ਕਹਿਤਾ ਕੱਟੇ ਦੀ ਮੋਕ ਚ ਨਸ਼ਾ ਹੁੰਦਾ ਤਾਂ ਉਹ ਵੀ ਜੀਭਾਂ ਮਾਰ ਮਾਰ ਚੱਟ ਚੱਟ ਹੀ ਖਾ ਜਾ ਕਰਨਗੇ, ਰੂੜੀਆਂ ਨੱਗਣੀ ਨਹੀਂ ਦੇਣੀਆਂ ਕਿਸੇ ਨੇ, ਇਹੋ ਜਿਹਾ ਹਾਲ ਹੋ ਗਿਆ। ਚੰਗਾ ਭੂਆ, ਬੇਨਤੀ ਆ ਜਿਹੜੇ ਮੁੰਡੇ ਬੈਠੇ ਨੇ ਬੱਚੇ, ਹੱਥ ਜੋੜ ਕੇ ਬੇਨਤੀ ਆ, ਕਦੇ ਨਸ਼ਾ ਨਾ ਕਰੋ। ਨਸ਼ੇ ਨੇ ਸਾਡੇ ਪੰਜਾਬ ਦੇ ਘਰ ਉਜਾੜਤੇ। ਸਾਡੇ ਇੱਕ ਹੋਰ ਗੱਲ ਹੈ, ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਗੱਲ, ਇਹ ਗੱਲ ਸੱਚ ਹੈ। ਸਾਡੇ ਮੁੰਡੇ ਨੇ ਮਰਦ ਨੇ ਪਰ ਹੈ ਨਹੀਂ, ਇਹ ਸੱਚ ਹੈ। ਬੱਚੋ ਵੀਰੇ, ਕਲਾਕਾਰਾਂ ਦਾ ਇੱਕ ਫਰਜ਼ ਬਣਦਾ ਤੁਹਾਨੂੰ ਜਾਗਰੂਕ ਕਰਨਾ। ਸੱਚ, ਕੁੜੀਆਂ ਬੈਠੀਆਂ ਨੇ, ਕੁੜੀਆਂ ਵੀ ਬੈਠੀਆਂ ਨੇ, ਤੁਸੀਂ ਸਾਡੀਆਂ ਮਾਵਾਂ ਵੀ ਹੋ, ਤੁਸੀਂ ਸਾਡੀਆਂ ਭੈਣਾਂ ਵੀ। ਬੇਨਤੀ ਹੈ ਜਦੋਂ ਕੁੜੀਆਂ ਦਾ ਵਿਆਹ ਕਰ ਦਿਓ ਨਾ, ਗਰੀਬ ਦੇਖ ਲਿਆ ਕਰੋ ਕੋਈ ਚੱਕਰ ਨਹੀਂ, ਪਰ ਇਹ ਨਾ ਦੇਖਿਆ ਕਰੋ ਵੀ ਮੁੰਡੇ ਨੂੰ 5 ਕਿੱਲੇ ਆਉਂਦੇ ਨੇ, ਗੱਡੀ ਹੈ, ਉਹ ਗੱਡੀਆਂ ਗੁੱਡੀਆਂ ਸਾਰੀਆਂ ਹੀ ਹਵਾ ਚ, ਪਤਾ ਹੀ ਨਹੀਂ ਲੱਗਦਾ ਮੇਰੇ ਕੰਨੀ ਹੱਥ ਕਰਕੇ ਨਾ ਗਏ। ਹਾਂ, ਪਤਾ ਹੀ ਨਹੀਂ ਲੱਗਦਾ ਦੇਖ ਕੇ। ਨਸ਼ੇ ਪੱਤੇ ਵਾਲੇ ਨਾਲ ਨਾ ਕਦੇ ਵਿਆਹ ਕਰਿਓ, ਹੁਣ ਸਮੋਸਿਆਂ ਚ ਨੀਤ ਆ ਗਈ ਸਾਰਿਆਂ ਦੀ, ਸਮੋਸੇ। ਚੰਗਾ ਭੂਆ ਗੱਲ ਦੱਸ, ਚੰਗਾ ਹੋਣਾ, ਨਸ਼ਿਆਂ ਤੋਂ ਸਾਰੇ ਬਚਣਗੇ, ਸਾਰੇ ਨੇ ਪੀਰਾਂ ਦੇ ਦਰ ਤੇ ਅੱਜ ਸੌਂ ਖਾਧੀ ਆ, ਤੇ ਇੱਕ ਗੱਲ ਹੈ ਭੂਆ। ਹਾਂ, ਬਿੱਲੂ ਪ੍ਰਧਾਨ ਵੱਧਦੇ ਜਾਂਦਾ, ਕੋਈ ਨਾ ਅਗਲੀ ਵਾਰ ਦੇ ਜੀ, ਕੋਈ ਗੱਲ ਨਹੀਂ। ਵੀਰ ਜੀ ਇੱਕ ਮਿੰਟ ਸਮੋਸਾ ਰੋਕ ਲਓ, ਬਸ ਅਸੀਂ ਇਸ ਤੋਂ ਬਾਅਦ ਭਾਜੀ ਨੇ ਇੱਕ ਸਕਿੰਟ ਵੀਰ ਜੀ, ਬਸ ਲਾਸਟ 5। ਹਾਂਜੀ ਹਾਂ, ਉਸ ਤੋਂ ਬਾਅਦ ਇੱਕ ਮਿੰਟ ਵੀਰ ਜੀ ਪਲੀਜ਼, ਲੱਗ ਜਾਓ ਆਖੇ ਜੇ ਤੁਹਾਡਾ ਸੁਭਾਅ ਹੈ ਘਰ ਵਾਲੀ ਵਰਗਾ ਫਿਰ ਜਮਿਆਂ ਲੱਗਿਓ, ਗੱਲਾਂ ਤਾਂ ਬਹੁਤ। ਇੱਕ ਮਿੰਟ ਬਸ, ਇੱਕ ਲਾਸਟ 5 ਹੈ ਜੀ। ਗੱਲ ਇਹ ਆ ਭੂਆ ਵੀ ਆ ਪਿੱਛੇ ਜੇ ਇੱਕ ਸਰਕਾਰ ਨੇ ਸਕੀਮ ਚਲਾਈ ਸੀ, ਬੱਚਿਓ ਬੈਠ ਲਓ ਇੱਕ ਮਿੰਟ, ਹੈਲੋ ਹੈਲੋ, ਇੱਕ ਸਕਿੰਟ ਹੀ ਬਸ। ਆ ਸਰਕਾਰ ਨੇ ਇੱਕ ਸਕੀਮ ਚਲਾਈ ਸੀ ਭੂਆ, ਲੈ ਸੁਣਿਆ ਧਿਆਨ ਨਾਲ, ਤੂੰ ਸਕੀਮ ਦਾ ਫਾਇਦਾ ਲਿਆ? ਸਕੀਮ ਦਾ ਤੇਰਾ ਫੁੱਫੜ ਆ ਗਿਆ ਮੇਰੇ ਕੋਲੇ, ਕਹਿੰਦਾ ਭਾਗਵਾਨ ਨੇ ਸਰਕਾਰ ਨੇ ਸਕੀਮ ਚਲਾਈ ਹੈ, ਕਹਿੰਦਾ ਜਿਹਦੇ 5 ਜਵਾਕ ਨੇ ਉਹਨੂੰ ਗੌਰਮੈਂਟ ਨਾਲੇ ਦਊਗੀ ਕਾਰ, ਨਾਲੇ ਦਊਗੀ ਕੋਠੀ। ਮੈਂ ਕਿਹਾ ਜੀ ਆਪਣੇ ਤਾਂ 2 ਜਵਾਕ ਨੇ, ਕਹਿੰਦਾ ਫਿਕਰ ਨਾ ਕਰ,
ਜਿਹੜੇ ਗਵਾਂਢੀ ਵਾਲੇ ਤਿੰਨ ਜਵਾਕ ਨੇ ਉਹ ਮੇਰੇ ਨੇ ਮੈਂ ਤੇ ਤੋਂ ਗੱਲ ਦਾ ਲਕੋ ਰੱਖਿਆ। ਅੱਛਾ ਫੁੱਫੜ ਦੀ ਕਾਟੀ ਸੀ ਗਵਾਂਢ ਚ। ਕਹਿੰਦਾ ਆਪਾਂ ਹੁਣੇ ਪੂਰੇ ਕਰ ਲੈਨੇ ਆ। ਜਦੋਂ ਗਵਾਂਢੀਆਂ ਵਾਲੇ ਜਵਾਕ ਲੈ ਕੇ ਘਰੇ ਆਇਆ ਮੈਨੂੰ ਕਹਿੰਦਾ ਭਾਗਵਾਨ ਨੇ ਆਪਣੇ ਦੋ ਕਿੱਥੇ ਨੇ? ਮੈਂ ਕਿਹਾ ਜੀ ਜਿਹਦੇ ਹੈਗੇ ਸੀ ਉਹ ਵੀ ਲੈ ਗਿਆ। ਤੁਰ ਫਿੱਟੇ ਮੂੰਹ ਤੇਰੀ ਵੀ ਕਾਟੀ ਸੀ ਕਿਤੇ। ਚੰਗਾ ਪੂਗਾ। ਸੋ ਇਸ ਤੋਂ ਬਾਅਦ ਹੁਣ ਸਮੋਸੇ ਪਹੁੰਚ ਚੁੱਕੇ ਨੇ ਬਿਨਾਂ ਕਿਸੇ ਦੇਰੀ ਦੇ। ਆਪਾਂ ਇੱਕ ਵਾਰ ਜੋਰ ਦਾ ਤਾੜੀਆਂ ਮਾਰ ਦਿਓ। ਜਿਹੜਾ ਤਾੜੀਆਂ ਨਹੀਂ ਮਾਰੂ ਉਹਨੂੰ ਭੂਤਾਂ ਦੇ ਸੁਪਨੇ ਆਉਣਗੇ। ਭੂ ਮੈਂ ਪੁੱਛਾਂ, ਠੀਕ ਹੈ ਜੀ? ਇੱਕ ਵਾਰ ਜੋਰ ਦਾ ਤਾੜੀਆਂ। ਸੋ ਉਸ ਤੋਂ ਬਾਅਦ ਮੈਂ ਆਵਾਜ਼ ਦੇਣ ਜਾਊਂਗਾ। ਅੱਛਾ ਦਵਿੰਦਰ ਠੀਕ ਹੈ? ਬਦੌਲਤ ਅਸੀਂ ਪਹੁੰਚੇ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ ਜੀ। ਕਲਾਕਾਰ ਦਾ ਮਾਨ ਔਰ ਪ੍ਰੋਗਰਾਮ ਵਿੱਚ ਦਾਨ ਉਹੀ ਕਰ ਸਕਦਾ ਜਿੱਥੇ ਦਾਤਾ ਦੀ ਰਹਿਮਤ ਹੋਵੇ। ਔਰ ਸਾਡੇ ਸਤਿਕਾਰਯੋਗ ਸਾਈਂ ਜੀ ਮਲਸੀਆਂ ਤੋਂ ਯਸ ਜੀ ਮਲਸੀਆਂ ਤੋਂ ਔਰ ਬੱਚਿਆਂ ਨੂੰ ਵੀ ਅੱਗੇ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਹੋ ਜਾਓ। ਕੋਈ ਗੱਲ ਨਹੀਂ, ਬੀਬੋ ਬੂਬਾ ਇੱਥੇ ਹੀ ਹੈ, ਸਾਰੇ ਨਾਲ ਫੋਟੋ ਖਿਚਾਓਗੀ। ਔਰ ਤਾੜੀ ਮਾਰ ਦਿਓ ਸਾਡੇ ਜਸ ਸਾਈਂ ਜੀ ਮਲਸੀਆਂ ਤੋਂ। ਠੀਕ ਹੈ ਜੀ। ਸਾਡੇ ਸਤਿਕਾਰ ਜੋ ਗੋਪੀ ਸਾਈਂ ਜੀ ਮੈਰੀਪੁਰ ਤੋਂ। ਗੋਪੀ ਸਾਈਂ ਜੀ ਔਰ ਪੀਰ ਸੱਜਦ ਅਲੀ ਦਰਬਾਰ ਤੋਂ ਸਾਡੇ ਸਤਿਕਾਰਯੋਗ ਬਾਬਾ ਚੰਨੀ ਜੀ, ਉਹਨਾਂ ਨੂੰ ਗੁਜ਼ਾਰਿਸ਼ ਆ। ਕਹਿੰਦੇ ਸਜਦਾ ਦੇ ਦਾ ਸਜਦਾ ਕਰ ਲਓ, ਰਹਿਮਤ ਦੇ ਨਾਲ ਝੋਲੀ ਭਰ ਲਓ। ਸਜਦਾ ਦੇ ਦਾ ਸਜਦਾ ਕਰ ਲਓ, ਰਹਿਮਤ ਦੇ ਨਾਲ ਝੋਲੀ ਭਰ ਲਓ। ਰੁਤਵਾ ਬੇਪਰਵਾਹੀ ਦਾ ਮੈਂ ਪੱਲਾ ਫੜ ਲਿਆ ਸੋਹਣੇ ਮਾਹੀ ਦਾ। ਸਾਡੇ ਗੋਪੀ ਸਾਂ ਜੀ ਮੈਰੀਪੁਰ ਤੋਂ। ਔਰ ਕਰੀਏ ਦੱਸਣਾ ਪੁੱਤਰ, ਕਹਿੰਦੇ ਜਿਹਦੀ ਰੰਗ ਵਿੱਚ ਜੈ, ਦੀ ਜੰਗ ਵਿੱਚ ਜੈ, ਜਿਹਦੇ ਬੋਲਾਂ ਵਿੱਚ ਜੈ, ਸੱਤ ਕੁੱਲਾਂ ਵਿੱਚ ਜੈ। ਜੈ ਬੋਲੀਏ ਜੀ ਖੋਲਦਾ ਦੁਬਾਰਾ। ਔਰ ਸੋਨੂੰ ਸੰਦੀਪ ਜੀ, ਮੇਰੀ ਬੇਨਤੀ ਨੂੰ ਸੁਣਦੇ ਸੋਨੂੰ ਸੰਦੀਪ ਜੀ, ਉਹਨਾਂ ਦਾ ਮਾਨ ਸਨਮਾਨ। ਔਰ ਬਾਬਾ ਚੰਨੀ ਜੀ, ਸੋਨੂੰ ਸਾਈਂ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਤੁਸੀਂ ਵੀ ਆ ਜਾਓ, ਕੋਈ ਗੱਲ ਨਹੀਂ। ਸੋਨੂੰ ਜੀ ਆ ਜਾਓ, ਤੁਹਾਡੇ ਸੱਜੇ ਤੇ ਅਸੀਂ ਸਾਰੇ ਆਏ ਹਾਂ। ਔਰ ਸੋਨੂੰ ਸੰਦੀਪ ਜੀ ਬੈਂਕ ਵਾਲੇ, ਮੇਰੀ ਆਵਾਜ਼ ਨੂੰ ਸੁਣਦੇ ਹੋਣ ਮੇਰੇ ਵੀਰ। ਹਾਂਜੀ। ਔਰ ਸਾਡੇ ਸਤਿਕਾਰਯੋਗ ਦਰਬਾਰ ਦਾਤਾ ਹਰਦਿਆ ਸ਼ਾਹ ਜੀ, ਰੀਟਾ ਪ੍ਰਧਾਨ ਜੀ, ਉਹਦਾਤਾ ਹਰਦਿਆ ਸ਼ਾਹ ਦਰਬਾਰ, ਉਸ ਦਰਬਾਰ ਦੇ ਸੇਵਾਦਾਰ ਗੱਦੀ ਨਿਸ਼ੀ ਸਾਈਂ ਭੋਲਾ ਜੀ। ਠੀਕ ਹੈ ਜੀ।
और साडे गुरु मुर्शिद माल गुरु हुशियारपुर तो साडे सत्कार जो गुरु सोडी गिरी जी और उन्हां दे साडे बहाल गिरी जी भाई सदरवार दे मुख सेवादार ने ठीक है कोई गल जरूर करूंगा गोपी शकुड़ी गोपी शकोटी जी और संगतां नूं बेनती है भी जाना नहीं क्योंकि अजे टिक्कियां आलू फिंगर गोभी दे पकौड़े चलने पर गोपी वास्ते ताड़ी मार दिओ बहुत अच्छी तरीके दे नाल हाजी भर के गए ने दरबार से क्योंकि इन्हें जिन्हों अपने नगर चो माण मिले उन्होंने बार भी माण मिलता होता हदेश उस दरबार तो साढ़े साई फोला शाह जी ताड़ी मार दो ताड़ी थोड़ी सलाबिया मीह जलंधर पिया वा इत नहीं पिया खुल के पंजाबियों का तारा मरो जरा और रीटा मास्टर जी जो मेरी वाइज जी सुनते हो मीन हलवाई जी रीटा मास्टर जी और मीन हलवाई जी इस नगर खेड़े ते और मैं देख रहा कि भावे छोटा जा हजूम है पर बहुत चिराग रोशन दिमाग रोशन हस्तियां बराजमान ने मेरे सामने शाहकोट दी जे मैं कह लवां कि करीम पूरे शाहकोट दी करीम दिमाग रोशन दिमाग मेरे सामने बैठे ने और जो मैं संगीत की दुनिया के बादशाह अखवाने वाले उस फनकार दे साहेबजादे फरजंद कालू शाह कोटी बैठे ने जिन्हां दे फादर का नाम दुनिया भर में है सो अच्छे घराने के लोग तशरीफ फरमाने जे मैं फकीरां दी गल करा तो शाहकोट नूं तफीक है कि शाहकोट दे धरती दे उत्ते पैदा होण वाला जे फकीरी मजा दे विच वी सुरत नूं ला के तुरिया ते फिर सिर दे वालां तों पैरां दे नहां तक अपने आप नूं अर्पण करके तुरिया जे किसे शायर कलम नूं फड़िया थैंक यू कलम नूं फड़िया तो मैं तौक साहब का नाम लेना जरूरी समझदा जिन्हां दा मैं कलाम एक रिकॉर्ड भी किया और मैं तुहाडे अज सामने रखांगा अज जिन्नियां कि बीबां बीबियां भैणां बैठियां ने ये मेरियां अपनियां मेरे अपना परिवार है और सारे मैनूं बहुत चंगी तरह जाणदे आ सो प्रोग्राम का आयोजन किया गया जहर वीर गुग्गा साहब जी दे इस दरबार आप गलबात करांगे कुछ छोटे जे इतिहास तो इतिहास नूं लैके मेरे सामने मेरा वीर मंगा जी मेरे ख्याल पता नहीं चले गए पता नहीं इत्थे बैठे सीगे बैठे अच्छा सो मैं एक तो मंगा जी दे कोलों पिछली गल की माफी मंगदा कि सरकार बिट्टू शाह ਦੇ ਦਰਬਾਰ ਦੇ ਉੱਤੇ ਪਤਾ ਨਹੀਂ ਕਿਵੇਂ ਕੁਛ ਹਾਲਾਤ ਹੀ ਇੱਦਾਂ ਦੇ ਪੈਦਾ ਹੋ ਗਏ ਕਿ ਮੰਗਾ ਵੀਰ ਨੇ ਮੇਰਾ ਛੋਟਾ ਵੀਰ ਹੈ ਇਹਨਾਂ ਦੇ ਫਾਦਰ ਦੇ ਲਾਏ ਹੋਏ ਬੂਟੇ ਆਲੇ ਦੁਆਲੇ ਅੱਜ ਬਹੁਤ ਅੱਛੀ ਮਹਿਕ ਖਿੰਡਾ ਰਹੇ ਨੇ ਸੋ ਮੰਗਾ ਵੀਰ ਮੇਰੇ ਉਸ ਪਰਿਵਾਰ ਦੇ ਵਿੱਚੋਂ ਆ ਜਿਨ੍ਹਾਂ ਦੀ ਬਹੁਤ ਵੱਡੀ ਕਾਰਗੁਜ਼ਾਰੀ ਹੈ ਸ਼ਾਹ ਕੋਟ ਅੰਦਰ ਔਰ ਬਹੁਤ ਵੱਡੇ ਰਹਿਨੁਮਾ ਦਿਲਦਾਰ ਪਰਸਨ ਨੇ
तकरीबन जे मैं कहां कि फकीरी दे रंग विच भी काफी रंगे हो। सो कालू साहब बैठे ने मेरे को कई बारी कोठी जा करदे सन ते अक्सर बहुत वड्डा मेरा सत्कार माण भी करया करदे से धक्का भी कर लैंदे सी कई बारी आदत्या कालू साहब की धक्का कर लेना ते मैनू कहिंदे हुंदे आ भी जे मैं तेरे नाल धक्का ना करा तो मैं कोई होर बंदा दस जिहदे नाल तेरी जगह ते कर लवां धक्का। बहुत अच्छा फनकार है इन्हां लोकां दे सामने गाउणा सूरज नूं वी दीवा विखाउण वाली गल है लेकिन एक चीज जरूर है मैं अक्सर ये साडा लाणा मैं इन्हां दे विच्चों थोड़ा बहुत सिखिया वा ते बड़ा साडा प्यार आ परिवारां दा इंशाला खुदा करके प्यार जिहड़ा साडा बनिया रहे। सो ज्यादा गल्लां बातां ना करदा होया मैं तुहानूं टॉक साहब का मैं ना लिया। टॉक साहब ने एक गल बड़ी दो लाइना बहुत प्यारियां लिखिया ने मंगा जी और मेरे सामने बहुत मेरे अजीज बैठे ने मैं किहदा किहदा ना लवां सारे चंद दे उस चंद्रमा जां सूरज दे नुमा ने जिहड़ा किते तां ठंडक बख्श दिंदा है ते किते सियाल दे दिनां दे विच मिठा मिठा निग भी बख्शदा ते सारियां रूहां उसे तरह दियां। सो टॉक साहब ने एक गल बड़ी वधिया कही कि चमक पवे तो किस्मत बनती जे गल चंगी लगे तो ताड़ी मार के जवाब दिया जे कि चमक पवे तो किस्मत बनती तो ना चमके तो होनी। कालू साहब जे चमक पवे तो फिर किस्मत बनती जे ना चमके तो होनी पर तौक ने दोनों ही लागियों तकियां एक दूजी नो सोनी। मौत का ना लेके डरदा इंसान पर जदों कदे जींदे इंसान नूं किसे ने कहा पूरा हो गया जी ये पूरा जी पूरा कालू साहब उदों ही कहिंदे आ जदों पूरा हो ही जांदा इंसान ते तौक कहिंदा कि मैं दोनों ही बहुत लागियों वेखियां वा दोनों एक दूजे नूं सोहणी आ मौत भी सोहणी आ किस्मत भी सोहणी आ पर दोवां दे विचाले संघर्ष करना पैंदा। मेरे नाल ही मेरा ताए दा परिवार ताया बचन सिंह मेरा वड्डा भरा छिंदा छोटा लंबड़ सारा पलैपिंग करके मैं कालू साहब तो आ गया मंगदा तुहाडे शहर से तुहाडे चरणां च गाउण लगे जी बर्दाश्त करियो। तवज्जो दिया जे दो गल्लां तुहाडे नाल करन लगा बहुत सियाणियां बीबियां ते मेरी कौम बैठी है बहुत कौम दे रहन बैठे ने दर दर पे जाकर जो चुक जाए वो कभी दर दर पे जाकर जो चुक जाए वो कभी सर नहीं होता जहां किसी की फरियाद ना हो पूरी वो कभी दर नहीं होता कभी दर नहीं होता। हमारा तो काम है मौला का नाम लेना का
हमारा तो काम है मौला का नाम ले लो, मौला का काम है किरते को नाम ले, मौला का काम है गिरते को फे फकर नू चुक सलाम करिए, फे फकर फकीर नू फिक्र कादा फक्का मार के फिक्र नू फक जांदे आदे जावा मैं अल्लाह दी जात वलों कह के कख ते दे के लख जांदे कह के कख ते दे के चिंता वर्गी पीड़ नहीं ते वहम जिया को रोग नहीं कालू सर मंगा पाजी चिंता वर्गी पीड़ नहीं ते वहम जिया को रोग नहीं गुण वर्गी कोई माया है नहीं गृहस्थ जिया कोई जोग नहीं गुण वर्गी कोई माया है नहीं गुण वर्गी कोई माया है नहीं वर्गा जहर नहीं पर बुकल बह के छुरा मारना ये दे वर्गा कैर नहीं बुकल बह के छुरा मारना ये दे वर्गा कैर पत्थर जिया कठोर नहीं ते फुला वर्गा नरम नहीं पत्थर जिहा कठोर नहीं ते फुला वर्गा नरम नहीं महक नहीं कस्तूरी वर्गी बेईमान दा धर्म नहीं महक नहीं कस्तूरी वर्गी बेईमान दा धर्म नहीं यारी बिगड़ के पै जा दुश्मनी यारी के बेद दुश्मनी ए दे वर्गा वैर नहीं पर पुकल बह के छुरा मारना ए दे वर्गा कैर नहीं फिर मत किसी नु पुठी देनी ए दे वर्गा जबर नहीं मंगा भाजी कालू सा मत किसी नु पुठी देनी ए दे वर्गा जबर नहीं फकरा नाल दा रहम नहीं ते धरती वर्गा सबर नहीं फकर नाल दा रहम नहीं ते धरती वर्गा सब नहीं फकर नाल दा रहम नहीं ते धरती वर्गा सबर नहीं वैर नहीं दुनियावा वर्गे वैर नहीं दुनियावा वर्गे कबरां वर्गी ठहर नहीं पर बुकल बह के छुरा मारना ये दे वर्गा कैर नहीं कैर नहीं भाई बुकल बह के छुरा मारना ये दे वर्गा कैर नहीं एक गल करना बीबियां बैठी ने बच्चियां वर्गा मेवा है नहीं पत्नी जिया वजीर नहीं जे अपनी बीवी नू प्यार कर देंगे तो बंदे ताड़ी मारो खौफ के नेक त्यार कर देने हाँ इतों को लगता कर दे नहीं पता लगे कालू भी करता है बच्चियां वर्गा मेवा नहीं ते पत्नी जिया वजीर नहीं डंडे वर्गा पीर नहीं ते चुगली वर्गा तीर नहीं डंडे वर्गा पीर नहीं ते चुगली वर्गा सुल्तान कहे सुनियन पर छिंदे आवे सुल्तान कहे सुनियन पर छिंदे आवे सुल्तान कहे सुन अनपढ़ छिंदिया गाउण दे वर्गी लहर नहीं पर बुकल बह के छुरा मारना ये दे वर्गा बुकल बह के छुरा मारना ये दे वर्गा आप हजूर जहार पीर सरकार दे दरबार से बैठे हैं ते मेरे सामने दीपू मेरा वीर मेरा बच्चा भी है दीपू जी ने बहुत ज्यादा भज दौड़ की इस प्रोग्राम के लिए खैर बाकी मैं सारे का नाम लवांगा रघबीर भाजी आशा भैन जी बहुत सारे मेरे अजीज बैठे ने एक शॉर्टकट के हिस्ट्री दस के तो मैं विचों कलाम लवांगा विचों लवांगा गुरु गोर की एक हस्ती हुई है
जे आप गल करिए रांझे दे नाल ते तद गोरख का मेल होया, जे आप करिए कि पूर्ण जती नूं तंद पा के खूह दे विचों कढ़िया ते गोरख दी जिक्र आउंदा है, जे आप करिए कि गुरु नानक साहब दे नाल गोष्ठी कीती तां गोरख दा जिक्र आउंदा है। किन्ने क मैं ना लै दिया गोरख असल पावर शिव भगवान तो हासिल करता है ते शिव दा अवतार भी बहुत सारे लोग मानते। बागड़ देश गगरेट शहर की कहानी है, उतों का बादशाह जिदियां दो जनानियां काशल ते बाशल तुसीं गुगे वालियां नाल बहुत कुछ सुना, मैं शॉर्टकट गल करके अगे निकल जाना ज्यादा नहीं इहदे ते क्योंकि तुसीं जाणदे हो सारे। हुण गुरु गोरखनाथ अपने 1400 चेले दे नाल झुंड दे विचों लै के ते गंगा नूं पार करन लगदे ने ते गंगा दे अगे बेनती करदे ने कि सानूं रस्ता दे असीं गां गगरेट नूं जाणा अगले नगर जाणा। गंगा ने आख्या कि जेकर अगां लंघणा ते बली दे के गोरख नूं आख्या लंघ जा, एक बंदे की बली दे दे पूरा झुंड लई फिरदा बंदिआं दा एक बंदे की बली दे दे। हुण उह कहिंदा गंगा नूं कि गंगा मां मैनू ओने प्यारे आ मेरे चेले, मैनू ओने मुरीद मेरे प्यारे आ जिन्ना तैनू अपना लाणा तैनू अपना कबीला प्यारा, मैं एक दी भी बली नहीं दे सकदा। फिर कहिंदी इत्थों लंघ नहीं होणा क्योंकि जोरां दी वग रही है, जोर दी चढ़ी हुई है। हुण कहिंदी चलो जे एक दी बली नहीं देणी तां जिहड़ा विच वड़ोंगे उहो ही मरोंगे, नंगो किद्दां लंघदे आ। खैर गुरु गोरख ने अपनियां ताकतां दा कीता इस्तेमाल, बाशल दी ननाम ਬਾਸ਼ਲ ਦੀ ਬਾਸ਼ਲ ਆਪਣੀ ਨਨਾਣ ਦੇ ਕੋਲ ਗੱਲ ਕਰਦੀ ਹੈ ਕਿ ਮੈਂ ਸਰਕਾਰਾਂ ਦੇ ਕੋਲੋਂ ਔਲਾਦ ਲੈ ਕੇ ਆ ਗਈ ਹਾਂ, ਹਲੇ ਫਕੀਰ ਦੇ ਕੋਲੋਂ ਔਲਾਦ ਲੈ ਆਈ ਹਾਂ, ਇਜ਼ਹਾਰ ਕਰਦੀ ਹੈ ਆਪਣੇ ਉਸ ਖੁਸ਼ੀ ਦਾ। ਦਾਤਾਂ ਦੇਣ ਵਾਲਾ ਖਾਲੀ ਘਰ ਮੋੜਦਾ ਨਹੀਂ, ਦਾਤਾਂ ਦੇਣ ਵਾਲਾ ਖਾਲੀ ਘਰ ਮੋੜਦਾ ਨਹੀਂ, ਖਾਲੀ
ਮੰਗਾ ਮੰਗਣੀ ਦਾ ਢੰਗ ਸੁਲਤਾਨਾ ਜਵੇ ਜਵੇ ਸੱਚੀ ਪ੍ਰੀਤ ਜਿਨ੍ਹਾਂ ਦੀ ਸਹੀਓ ਨੇਕ ਯਾਰ ਬਣਾਇਆ ਸਲਾਮ ਸਰ ਤੋਂ ਤੇਰੇ ਤੋਂ ਬਗੈਰ ਕਿਤੇ ਡੁੱਲਿਆ ਨਹੀਂ ਜਾਣਾ ਅਸੀਂ ਯਾਰ ਲਾਗੇ ਕਰ ਲਿਆ ਸੌਖਾ ਕਰ ਦਿੱਤਾ ਕਿ ਜੇ ਗੁਰੂ ਦੇ ਨਾਲ ਯਾਰ ਵਾਲਾ ਵਿਹਾਰ ਰੱਖ ਕੇ ਮਿਲੀਏ ਨਾ ਤੇ ਫਿਰ ਗੁਰੂ ਰਹਿਮਤ ਜਾਦੀ ਦਿਨ ਕਰ ਸਹੀਓ ਨੇਕ ਯਾਰ ਬਣਾ ਕਿਤੇ ਜੇ ਰੱਬ ਪੂਰੀਆਂ ਗੱਦੇ ਚਿੱਟੇ ਦੰਦ ਚੰਬੇ ਦੀਆਂ ਕਲੀਆਂ ਓਏ ਉਹਦੇ ਸਿਰ ਪਰ ਨੂਰੀ ਛੱਤੇ ਏ ਡਰ ਗਈ ਨਾ ਲੋਕਾਂ ਕੋ ਤੇ ਭਾਵੇਂ ਲੱਖ ਤਾਨੇ ਵੇ ਗੱਤੇ ਪਰ ਇੱਕ ਡਰਦੀ ਮਾਲਕ ਕੋ ਉਹ ਕਿਤੇ ਪਾਲਾ ਜੁਦਾਇਆ ਕਿਤੇ ਜੁਦਾਈ ਨਾ ਪਾ ਦੇਵੇ ਉਸ ਮਾਲਕ ਦੇ ਕੋਲੋਂ ਡਰਦੀ ਹੈ ਕਿਉਂ ਕਿਉਂਕਿ ਇਹ ਮੇਰਾ ਗੁਰੂ ਹੈ ਅਤੇ ਉਹ ਭਾਵੇਂ ਮੀਰਾਂ ਦਾ ਹੋਵੇ ਉਹ ਭਾਵੇਂ ਰਵਿਦਾਸ ਦਾ ਹੋਵੇ ਉਹ ਭਾਵੇਂ ਰਾਂਝੇ ਦਾ ਹੋਵੇ
ਉਹ ਭਾਵੇਂ ਗੁਰੂ ਗੋਰਖ ਦਾ ਹੋਵੇ ਅਤੇ ਉਹ ਭਾਵੇਂ ਤੁਹਾਡੇ ਸਾਰਿਆਂ 'ਚੋਂ ਬੈਠਿਆਂ ਦਾ ਹੋਵੇ, ਕਿਉਂਕਿ ਸੱਚੀ ਜਦੋਂ ਲੱਗ ਜਾਂਦੀ ਨਾ ਤਾਂ ਫਿਰ ਰੂਹ ਜਿਹੜੀ ਅੰਦਰੋਂ ਆਪ ਮਾਰੇ ਕਹਿ ਉੱਠਦੀ ਕੀ ਕਹਿੰਦੀ ਨੀ ਯਾਰ ਅੱਲਾ ਦਾ ਨੀ ਯਾਰ ਅੱਲਾ ਦਾ ਰਾਜ਼ਕ ਰੋਟੀ ਉੱਥੇ ਦੇਦਾ ਰਾਜ਼ਕ ਰੋਟੀ ਉੱਥੇ ਦੇਦਾ ਜਿੱਥੇ ਮਗਵਾਨ ਨਹੀਂ ਲੱਖ ਕਰੋੜਾਂ ਫਿਰੀ ਦੇ ਮੈਂ ਕੋ ਜਾ ਮੇਰੇ ਕੰਮ ਵੀ ਕੋ ਜਾ ਮੈਂ ਕੋ ਜਾ ਮੇਰੇ ਕੰਮ ਵੀ ਕੋ ਜੇ ਮੈਂ ਕੋ ਜਾ ਮੇਰੇ ਕੰਮ ਵੀ ਕੋ ਜੇ ਤੇ ਕੋ ਜਾ ਜਿਵੇਂ ਹਨੇਰਾ ਕੋ ਜਾ ਜਿਵੇਂ ਹਨੇਰਾ
मेरी जिंद भी तू मेरी जान भी तू मैनू मक्का मदीना तू लगना है मैनू मक्का मदीना तू लगना है मेरा दीन ते पाक ईमान भी तू मेरा दीन ते पाक ईमान भी तू मेरी सोच दे अरबस्तान अंदर मेरी सोच दे अरबस्तान अंदर सौ अल्लाह दी खास मेहमान है तू सौ अल्लाह दी खास मेहमान है तू सच आखिया बंदे दी चोदी ते 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 मेरा गांव कुतुब सुल्तान भी तू क्यों कहिया हट मुल्ला सानू देना देना चिड़का असी हजर हिजरा जख्मी किते हिजरा जख्मी किते पता नहीं किन्ने जहर पिया असा यार वसल नहीं पीते पता नहीं किन्ने जहर पिया असा यार वसल नहीं पीते आने में तान में चंद जगद सुन सुन के बुल सीते सुल्तान माही दी जीव दे बल दे माही दी जीव दे बल दे अज तक तेरे आदि थे क्यों के यार अल्लाह दा दिए 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 यार जिंदगी थक गई गुंजला कट दी जिंदगी थक गई गुंजला कट दी हर बंदा ही गुंजल च फसया सलामत हर कोई मंगदा ते इश्क सलामत कोई मंगन प्यार मंगनी मान शर्मानी शिको मेरे दिल नू गैर ते मैं इश्क सलाम मंगनी आवे ईमानो दया गगर प्यार वाली नको नक भाई बना के देरी घर सजना कालजी दे मुंडे हाथ रखी तू बचा
ਰਹੀ ਵੈ ਸਜਣਾ ਜਿੱਤੇ ਦੀ ਕਪਤਾਨ ਕੁੜੀ ਫਾਈਨਲ ਦੇ ਵਿੱਚ ਦਿਲ ਦੇ ਬੈਠੀ ਮੈਂ ਤਾਂ ਸਾਂ ਜਾਣ ਕੁੜੀ ਉਹ ਤਿੰਨ ਸਾਲ ਮੈਂ ਰਹੀ ਵੈ ਸਜਣਾ ਜਿੱਤੇ ਦੀ ਕਪਤਾਨ ਕੁੜੀ ਦਿਲ ਦੇ ਬੈਠੀ ਮੈਂ ਤਾਂ ਸਾਂ ਅਣਜਾਣ ਕੁੜੀ ਅੱਖਾਂ ਤੇਰੀਆਂ ਨੇ ਕਾਲੇ ਦਿਲ ਵਾਲੇ ਤੋੜੇ ਅੱਖਾਂ ਤੇਰੀਆਂ ਨੇ ਕਾਲੇ ਦਿਲ ਵਾਲੇ ਤੋੜੇ ਮੇਰਾ ਸੁੱਖ ਚੈਨ ਤੇ ਮੇਰਾ ਸੁੱਖ ਚੈਨ ਮੇਰਾ ਸੁੱਖ ਚੈਨ ਲਿਆ ਵਿੱਚੋਂ ਹਰ ਸੱਜਣਾ ਕਾਲਜ ਦੇ ਮੁੰਡੇ ਹੱਥੋਂ ਰੱਖੀ ਤੂੰ ਬਚਾ ਕੇ ਮੈਨੂੰ ਲੱਗੇ ਬਦਨਾਮੀ ਕੋਲੋਂ ਡਰ ਸੱਜਣਾ ਕਾਲਜ ਦੇ ਮੁੰਡੇ ਹੱਥੋਂ ਰੱਖੀ ਤੂੰ ਬਚਾ ਕੇ ਮੈਨੂੰ ਲੱਗੇ ਬਦਨਾਮੀ ਕੋਲੋਂ ਡਰ ਸੱਜਣਾ ਜਾਗਰ ਪਿਆਰ ਵਾਲੀ ਕੋਨਕ ਭਰੀ ਸਾਡੇ ਵਿਹੜੇ ਫੈਰੀ ਪਾਵੇ ਵੇ ਵੇ ਬੀਬੋ ਖਾਰੇ ਸੋਣਾ ਅੱਜ ਜਸ ਵੇਰੇ ਤੇ ਸਾਡੇ ਵਿਹੜੇ ਫੈਰੀ ਪਾ ਯਾਦ ਆਉਂਦੀ ਆ
ਮੈਂ ਚਲਾਉਂਦਾ ਹੋਵੇ ਚਿੱਟੀ ਤੇਰੀ ਦਾੜੀ ਹੋਵੇ ਗਾਜਦੀਆਂ ਬੋਬੀ ਹੋਣ ਧੀ ਤੇਰੀ ਸਾਰੀ